ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਖੈਰਮਖਤਮ ਤੇ ਇਸਤਿਗਬਾਰ ਡੀਡੀ ਪੰਜਾਬੀ ਦੇ ਪ੍ਰੋਗਰਾਮ ਸੁਪਨਿਆਂ ਦੀ ਉਡਾਨ ਦੇ ਵਿੱਚ ਮੈਂ ਪ੍ਰੀਤੋ ਸਾਹਨੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਦੋਸਤੋ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਦਾ ਸਾਹਮਣਾ ਹਰ ਕਿਸੇ ਨੂੰ ਕਰਨਾ ਪੈਂਦਾ ਹੈ ਲੇਕਿਨ ਅਸਲ ਮਾਇਨੇ ਦੇ ਵਿੱਚ ਜ਼ਿੰਦਗੀ ਉਹੀ ਲੋਕ ਜੀਉਂਦੇ ਨੇ ਜੋ ਇਹਨਾਂ ਮੁਸੀਬਤਾਂ ਤੋਂ ਉੱਪਰ ਕੇ ਆਪਣੀ ਜ਼ਿੰਦਗੀ ਵਿੱਚ ਇੱਕ ਮੁਕਾਮ ਹਾਸਲ ਕਰਦੇ ਨੇ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਨੇ ਔਰ ਮੰਜ਼ਿਲ ਤੇ ਪਹੁੰਚਣ ਲਈ ਇਹੀ ਤੈਅ ਕਰਨਾ ਕਿ ਅਸੀਂ ਕਿਸ ਰਾਹ ਦੇ ਉੱਤੇ ਜਾਣਾ ਹੈ ਇਹ ਵੀ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਮਰ ਵੀ ਕੋਈ ਨਹੀਂ ਵੇਖਣ ਦੀ ਲੋੜ ਤੇ ਨਾ ਹੀ ਇਹ ਵੇਖਣ ਦੀ ਲੋੜ ਹੈ ਕਿ ਤੁਹਾਨੂੰ ਅੱਗੇ ਕਿਹੋ ਜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਉਸ ਤੋਂ ਬਾਅਦ ਹੀ ਇੱਕ ਪਰਿਪੱਕ ਇਨਸਾਨ ਨਿਕਲ ਕੇ ਸਾਹਮਣੇ ਆਉਂਦਾ ਹੈ ਸੋ ਸਾਡੇ ਇਸ ਪ੍ਰੋਗਰਾਮ ਦੇ ਜ਼ਰੀਏ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਤੁਹਾਨੂੰ ਰੂਬਰੂ ਕਰਾਵਾਂਗੇ ਉਹਨਾਂ ਔਰਤਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਮੁਸੀਬਤਾਂ ਦਾ ਸਾਹਮਣਾ ਤੇ ਕੀਤਾ ਲੇਕਿਨ ਫਾਈਨਲੀ ਉਹ ਇੱਕ ਮੰਜ਼ਿਲ ਤੇ ਪਹੁੰਚ ਕੇ ਔਰ ਅੱਜ ਸਾਡੇ ਦੇਸ਼ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਮਕਬੂਲੀਅਤ ਹਾਸਲ ਕੀਤੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ ਅੱਜ ਦੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੀ ਨੇ ਮੈਡਮ இந்து ਉਹਨਾਂ ਵੱਸੇ ਜ਼ੋਰਦਾਰ ਤਾਲੀਆਂ ਤੇ ਨਾਲ ਡਾਕਟਰ ਸੁਸ਼ਮਾ ਚਾਵਲਾ ਜੋ ਕਿ ਇੱਕ ਸੋਸ਼ਲ ਵਰਕਰ ਵੀ ਨੇ ਉਹ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੌਜੂਦ ਨੇ ਲਾਇਲਪੁਰ ਖਾਲਸਾ ਕਾਲਜ ਫॉर ਔਮਨ ਦੀਆਂ ਸਟੂਡੈਂਟਸ ਅਜ ਇਸ ਪ੍ਰੋਗਰਾਮ ਦੇ ਅੰਦਰ ਪਹੁੰਚਿਆ ਨੇ ਬਹੁਤ ਬਹੁਤ ਸਵਾਗਤ ਤੇ ਦਰਸ਼ਕੋ ਆਓ ਮੈਂ ਹੁਣ ਤੁਹਾਨੂੰ ਰੂਬਰੂ ਕਰਾਉਂਦੀਆਂ ਉਹਨਾਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਨੇ ਔਰਤ ਤੋਂ ਸ਼ਖਸੀਅਤ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮੈਡਮ ਬਚਨਤ ਕੌਰ ਜੀ ਦਾ ਸਭ ਤੋਂ ਪਹਿਲਾਂ ਨਮਸਕਾਰ ਇਸ ਤੋਂ ਬਾਅਦ ਮਨਜੀਤ ਕੌਰ ਜੀ ਅਸ਼ੋਕਾਲ ਜੀ ਮੈਡਮ ਵੀਨਾ ਸ਼ਰਮਾ ਜੀ ਜੀ ਆਇਆਂ ਸਾਰਿਆਂ ਨੂੰ ਜੀ ਨਮਸਕਾਰ ਤੇ ਮੈਡਮ ਸੁਰਜੀਤ ਕੌਰ ਜੀ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਇਹਨਾਂ ਨੂੰ ਇੱਕ ਫਿਲਮ ਸਟਾਰ ਦੇ ਤੌਰ ਤੇ ਤੇ ਸ਼ਾਇਦ ਕਦੇ ਨਹੀਂ ਵੇਖਿਆ ਸ਼ਾਇਦ ਗੀਤ ਗਾਉਂਦੇ ਹੋਏ ਵੀ ਕਦੀ ਨਹੀਂ ਵੇਖਿਆ ਫਿਰ ਭਲਾਈ ਔਰਤਾਂ ਕੌਣ ਨੇ ਇਹ ਉਹ ਔਰਤਾਂ ਨੇ ਜਿਨ੍ਹਾਂ ਨੇ ਆਪਣੇ ਘਰ ਦੀ ਦਹਲੀਜ਼ ਨੂੰ ਉਦੋਂ ਪਾਰ ਕੀਤਾ ਜਦੋਂ ਉਹਨਾਂ ਨੂੰ ਲੱਗਾ ਕਿ ਘਰ ਦੇ ਅੰਦਰ ਰਹਿ ਕੇ ਸ਼ਾਇਦ ਮੇਰੇ ਸੁਪਨੇ ਪੂਰੇ ਨਹੀਂ ਹੋਣਗੇ ਮੈਨੂੰ ਉਹਨਾਂ ਸੜਕਾਂ ਦੇ ਉੱਤੇ ਜਾਣਾ ਹੀ ਪਏਗਾ ਜਿਨ੍ਹਾਂ ਦੇ ਉੱਤੇ ਮਰਦ ਬੜੀ ਆਸਾਨੀ ਦੇ ਨਾਲ ਬਿਨਾਂ ਸਮਾਂ ਵੇਖੇ ਕਦੇ ਵੀ ਲੱਗ ਜਾਂਦੇ ਨੇ ਔਰਤਾਂ ਵਾਸਤੇ ਮੁਸੀਬਤਾਂ ਬਹੁਤ ਹੁੰਦੀਆਂ ਨੇ ਦਿੱਕਤਾਂ ਬਹੁਤ ਹੁੰਦੀਆਂ ਨੇ ਲੇਕਿਨ ਉਹ ਔਰਤਾਂ ਵਾਕੀ ਸਾਡੀ ਸੁਸਾਇਟੀ ਵਾਸਤੇ ਇੱਕ ਮਿਸਾਲ ਨੇ ਜਿਨ੍ਹਾਂ ਨੇ ਅੱਜ ਇੱਕ ਨਾਮ ਹਾਸਲ ਕੀਤਾ ਤੇ ਸ਼ੋਹਰਤ ਹਾਸਲ ਕੀਤੀ ਹੈ ਆਓ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਮੈਡਮ ਬਚਿੰਤ ਕੌਰ ਜੀ ਤੋਂ ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਦਾ 11 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ 11 ਸਾਲ ਦੀ ਉਹ ਨਿੱਕੀ ਜਿਹੀ ਉਮਰ ਜਦੋਂ ਹੱਥਾਂ ਦੇ ਵਿੱਚ ਪੈਨਸਲ ਹੋਣੀ ਕਿਤਾਬ ਹੋਣੀ ਕਾਪੀ ਹੋਣੀ ਇਹ ਹਰ ਕੁੜੀ ਦਾ ਸੁਪਨਾ ਹੁੰਦਾ ਹੈ ਸਕੂਲ ਦੇ ਵਿੱਚ ਜਾਣਾ ਪਰ ਕੀ ਉਸ ਉਮਰ ਦੇ ਵਿੱਚ ਵਿਆਹ ਹੋਣ ਤੋਂ ਬਾਅਦ ਇਹਨਾਂ ਦੇ ਸੁਪਨੇ ਖਤਮ ਹੋ ਗਏ ਜਾਂ ਫਿਰ ਨਹੀਂ ਆਓ ਜਾਣਦੇ ਆ ਬਚਿਤ मैम ਪਹਿਲੀ ਗੱਲ ਅੱਜ ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਇਨਸਪਾਇਰਡ ਆ ਸ਼ੁਕਰੀਆ ਕਿਉਂਕਿ ਤੁਹਾਡੀ ਕਹਾਣੀ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਕਿ ਇੱਧਰ ਬੈਠੇ ਹੋਏ ਜਿੰਨੇ ਵੀ ਇਹ ਸਟੂਡੈਂਟਸ ਨੇ ਇਹ ਯੰਗਸਟਰਸ ਨੇ ਇਹਨਾਂ ਨੂੰ ਵੀ ਪਤਾ ਲੱਗੇਗਾ ਕਿ ਜੀਵਨ ਆਸਾਨ ਨਹੀਂ ਲੇਕਿਨ ਇੰਨਾ ਮੁਸ਼ਕਿਲ ਵੀ ਨਹੀਂ ਹੈ ਤੁਸੀਂ ਆਪਣੀ ਕਹਾਣੀ ਆਪਣੀ ਜ਼ੁਬਾਨੀ ਦੱਸੋ ਮੇਰੀ ਕਹਾਣੀ ਬਹੁਤ ਲੰਬੀ ਜੜੀ ਤਾਂ ਮੈਂ ਨਹੀਂ ਸਮਝਦੀ ਹੋ ਹੈ ਮੈਂ ਪਟਿਆਲੇ ਚ ਬੌਰਨ ਹੋਈ ਸੀ ਜੀ ਪਟਿਆਲੇ ਕੋਲ ਇੱਕ ਪਿੰਡ ਹੈ ਪੜੋ ਜੀ ਉੱਥੇ ਮੇਰਾ ਜਨਮ ਹੋਇਆ ਸੀ ਜੀ 1940 ਚ ਜੀ ਤੇ ਪੰਜਵੀਂ ਕਲਾਸ ਤੱਕ ਮੈਂ ਉੱਥੇ ਪੜੀ ਹਮ ਹਮ ਤੇ ਪੰਜਵੀਂ ਚ ਪੜਦੇ ਪੜਦੇ ਮੇਰੀ ਸ਼ਾਦੀ ਹੋ ਗਈ ਜੀ ਜਦੋਂ ਮੇਰੀ ਉਮਰ 11 ਜਾਂ 12 ਸਾਲ ਦੀ ਹੋਏਗੀ ਹਾਲਲੀ ਜੀ ਪਟਿਆਲੇ ਤੋਂ ਉਸ ਵੇਲੇ ਮੈਂ ਸ਼ਾਦੀ ਕਰਕੇ ਦਿੱਲੀ ਚਲੀ ਗਈ। ਅੱਛਾ। ਤੇ 7-8 ਸਾਲ ਦੇ ਵਿੱਚ ਵਿੱਚ ਮੈਂ ਤਿੰਨ ਬੱਚਿਆਂ ਦੀ ਮਾਂ ਬਣ ਗਈ। ਜੀ, ਇੰਨੀ ਛੋਟੀ ਉਮਰ ਦੇ ਵਿੱਚ ਹੀ। ਜੀ। 19 ਸਾਲ ਤੱਕ ਮੇਰੇ ਤਿੰਨੇ ਬੱਚੇ ਹੋ ਚੁੱਕੇ ਸਨ। ਜੀ। ਜਦੋਂ ਮੈਂ ਸਿਰਫ 5ਵੀਂ ਕਲਾਸ ਪਾਸ ਸੀਗੀ ਫਿਰ ਤਿੰਨਾਂ ਬੱਚਿਆਂ ਦੇ ਨਾਲ ਪਹਿਲੇ ਬੱਚੇ ਦੇ ਨਾਲ ਜਿੱਦਣ ਮੇਰਾ ਪਹਿਲ ਮੇਰੀ ਬੇਟੀ ਸੀ ਉਹਦੇ ਨਾਲ ਹੀ ਮੈਂ ਸਕੂਲ ਜਾਣਾ ਸ਼ੁਰੂ ਕੀਤਾ। ਅੱਛਾ ਜੀ। ਫਿਰ ਆਪਣੀ ਬੇਟੀ ਦਿਨਾਲ ਸਕੂਲ ਜਾਂਦੀ ਹਾਂਜੀ ਉਸੇ ਸਕੂਲ ਚ ਮੈਂ ਵੀ ਦਾਖਲ ਹੋਈ ਉਸੇ ਚ ਮੇਰੀ ਬੇਟੀ ਦਾਖਲ ਹੋਈ ਕਾਬਲੀ ਤਾਰੀਫ ਕਰ ਲੈ ਹੈ ਤੇ ਉਸ ਬੇਟੀ ਦਾ ਫਿਰ ਫਿਰ 8ਵੀਂ ਕੀਤੀ ਉਹਨਾਂ ਦਿਨਾਂ ਚ ਮੈਟ੍ਰਿਕ ਹੁੰਦੀ ਸੀ 8ਵੀਂ ਤੋਂ ਬਾਅਦ 10 9ਵੀਂ ਨਹੀਂ ਕੀਤੀ 10ਵੀਂ ਕੀਤੀ ਹੂੰ ਹੂੰ 10ਵੀਂ ਚ ਮੈਂ ਤੁਹਾਨੂੰ ਫਿਰ ਦੱਸਦੀਆਂ ਕਿ ਮੈਂ ਕੋਈ ਹੀਰੋ ਨਹੀਂ ਹੈਗੀ ਆ ਡਿੱਗ-ਡਿੱਗ ਕੇ ਖੜੀ ਹੋਈ ਆ ਪਹਿਲੀ ਵਾਰ ਮੈਂ ਫੇਲ ਹੋ ਗਈ ਹਾਂ ਅੱਛਾ ਫਿਰ ਦੂਸਰੀ ਵਾਰ ਫਿਰ ਫਿਰ ਮੈਂ ਜਦੋਂ ਐਫਏ ਉਹਨਾਂ ਦਿਨਾਂ 'ਚ ਐਫਏ ਹੁੰਦੀ ਸੀ ਐਫਏ ਹੋ ਗਈ ਫਿਰ ਵੀ ਪਹਿਲੀ ਵਾਰ ਫੇਲ ਹੋ ਗਈ। ਅੱਛਾ। ਫਿਰ ਬੀਏ 'ਚ ਪਤਾ ਨਹੀਂ ਮੈਂ ਕਿਸਮਤ ਨਾਲ ਕਿਵੇਂ ਪਾਸ ਹੋ ਗਈ। ਮੈਂ ਸ਼ਾਇਦ ਮਿਹਨਤ ਨਾਲ ਪਾਸ ਹੋਏ ਹੋਣੀ। ਸ਼ਾਇਦ। ਉਸ ਵੇਲੇ ਫਿਰ ਮੇਰੀ ਵੱਡੀ ਬੇਟੀ ਦੀ ਸ਼ਾਦੀ ਹੋ ਗਈ ਸੀ। ਅੱਛਾ। ਜਦੋਂ ਮੈਂ ਬੀਏ ਕੀਤੀ। ਅੱਛਾ। ਫਿਰ ਉਸ ਉਹ ਆਪਣੇ ਘਰ ਚਲੀ ਗਈ ਤੇ ਫਿਰ ਮੇਰੇ ਦੋ ਬੱਚੇ ਹੋ ਚੁਕੇ ਅੱਛਾ ਉਹ ਵੱਡੇ ਸੀ ਉਹਨਾਂ ਦਿਨ ਸਰਕਾਰੀ ਸਕੂਲਾਂ 'ਚ ਪੜਾਂਦੀ ਸੀ ਪੜਾਈ ਸੀ ਤੇ ਇੱਕ ਵਕਤ ਵਿੱਚੋਂ ਐਸਾ ਆ ਗਿਆ ਕਿ ਦਿੱਲੀ ਦੇ ਵਿੱਚ ਤੁਸੀਂ ਦਿੱਲੀ ਤਾਂ ਸਾਰਿਆਂ ਨੇ ਦੇਖੀ ਹੋਣੀ ਤੇ ਸੜਕ ਤੇ ਜਿਹੜੀਆਂ ਚੌਂਪੜੀਆਂ ਹੁੰਦੀਆਂ ਹਨਾ ਜੀ ਉਹਨਾਂ 'ਚ ਮੈਨੂੰ 4 ਸਾਲ ਤੱਕ ਰਹਿਣਾ ਪਿਆ ਨਾ ਉੱਥੇ ਪਾਣੀ ਸੀ ਨਾ ਉੱਥੇ ਬਿਜਲੀ ਸੀ ਨਾ ਕੋਈ ਰੋਡ ਸੀ ਤੇ ਉਸ ਵੇਲੇ ਫਿਰ ਮੈਂ ਮਤਲਬ 10ਵੀਂ ਪਾਸ ਕਰ ਲਈ ਤਾਂ ਬੀਏ ਪਾਸ ਕਰ ਲਈ ਫਿਰ ਮੈਂ ਨੌਕਰੀ ਦੇ ਉਹਦੇ ਚ ਤਲਾਸ਼ ਵਿੱਚ ਗਏ ਮੇਰਾ ਖਿਆਲ ਹੈ ਮੋਰ ਥੈਨ 100 ਇੰਟਰਵਿਊਸ ਤੋਂ ਬਾਅਦ ਮੇਰੀ ਸਿਲੈਕਸ਼ਨ ਹੋਈ ਉਹਦਾ ਕਾਰਨ ਸੀ ਕੋਈ ਸਪਾਸਸ਼ੀ ਨਹੀਂ ਹੁੰਦੀ ਸੀ ਕੋਈ ਜਾਣਦਾ ਨਹੀਂ ਸੀ ਕੋਈ ਵਿਰਦਾ ਨਹੀਂ ਸੀ ਕੋਈ ਰਿਸ਼ਤ ਨਹੀਂ ਸੀ ਦੇ ਸਕਦੇ ਜੀ ਇਹ ਸਭ ਚੀਜ਼ਾਂ ਸੀ ਜੀ ਤੇ ਮੈਂ ਇਹ ਵੀ ਸੁਣਿਆ ਕਿ ਤੁਸੀਂ 11 ਸਾਲ ਤੱਕ ਜਦੋਂ ਇੱਕ ਡੇਰੀ ਦੇ ਵਿੱਚ ਵੀ ਐਸ ਸੇਲਜ਼ ਗਰਲ ਕੰਮ ਕਰਦੇ ਸੀ ਉਹ 50 90 58 ਦੇ ਵਿੱਚ ਉੱਥੇ ਦਿੱਲੀ ਮਿਲਕ ਸਕੀਮ ਖੁੱਲੀ ਸੀ। ਅੱਛਾ। ਉਹਨਾਂ ਨੇ ਇਹ ਇੱਕ ਸਕੀਮ ਕੱਢੀ ਸੀ ਕਿ ਜਿਹੜੇ ਸਟੂਡੈਂਟ ਨੇ ਨਾ ਪੜ੍ਹਦੇ ਨੇ ਉਹਨਾਂ ਨੂੰ ਨੌਕਰੀ ਦਿੱਤੀ ਜਾਏਗੀ। ਉਹਦੇ 'ਚ 25 ਰੁਪਏ ਮਹੀਨਾ ਆਹ ਦੀ ਨੌਕਰੀ ਮੈਨੂੰ ਸਭ ਤੋਂ ਪਹਿਲਾਂ ਮਿਲੀ। ਅੱਛਾ। ਸਵੇਰੇ 4 ਵਜੇ ਜਾਂਦੇ ਸੀ ਡਿਪੂ ਤੇ ਜੀ ਤੇ 7 ਵਜੇ ਤੱਕ ਉਹ ਸਾਰਾ ਦੁੱਧ ਵੰਡਣਾ ਹੁੰਦਾ ਸੀਗਾ ਮੈਂ ਸੀਗੀ ਮੇਰੀ ਨਾਨੀ ਸੀ ਉਹਦੇ ਨਾਲ ਹੀ। ਤੇ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਤੇ ਹੋ ਨਹੀਂ ਸਕਦਾ ਕਿ ਇਹ ਸਭ ਕੁਝ ਬਹੁਤ ਸਮੂਥਲੀ ਹੋਇਆ ਕਿਉਂਕਿ ਤੁਸੀਂ ਦੱਸਿਆ ਕਿ ਤੁਸੀਂ 4 ਸਾਲ ਝੋਪੜ ਪੱਟੀ ਦੇ ਵਿੱਚ ਰਹਿ ਕੇ ਵੀ guzara ਕੀਤਾ ਹੈ ਜੀ ਲੇਕਿਨ ਫਿਰ ਵੀ ਕੀ ਇਹ ਪੈਸ਼ਨ ਤੁਹਾਡਾ اسی ਤਰ੍ਹਾਂ ਨਾਲ ਸੀਗਾ ਕਿ ਮੈਂ ਪੜਨਾ ਹੈ ਔਰ ਮੈਂ ਕੁਝ ਪੜਨ ਪੜਾਈ ਦੀ ਮੈਨੂੰ ਬੜੇ ਸ਼ੌਕ ਸੀਗਾ ਮੈਂ ਚਾਹੁੰਦੀ ਸੀ ਕੁਝ ਹਾਦਸੇ ਵੀ ਹੋਏ ਸੀ ਜ਼ਿੰਦਗੀ 'ਚ ਜੀ ਜਿਨ੍ਹਾਂ ਨੂੰ ਮੈਂ ਦੇਖ ਰਹੀ ਸੀ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਹਾਦਸੇ ਮਤਲਬ ਇੱਕ ਸਾਡਾ ਰਿਲੇਟਿਵ ਸੀ ਉਸ ਜਿਸ ਦਿਨ ਮੇਰੀ ਸ਼ਾਦੀ ਹੋਈ ਸੀ ਉਸ ਦਾ ਵੀ ਉਸ ਦਿਨ ਸ਼ਾਦੀ ਹੋਈ ਸੀ ਪਰ ਉਹ 3 ਮਹੀਨੇ ਬਾ 3 ਸਾਲ ਬਾਅਦ ਹੀ ਨਾ ਉਹਦੀ ਡੈਥ ਹੋ ਗਈ ਤੇ ਉਹਦੇ ਦੋ ਬੱਚੇ ਹੋ ਚੁੱਕੇ ਸੀ ਫਿਰ ਉਹਨਾਂ ਬੱਚਿਆਂ ਨੂੰ ਦੇਖਣ ਵਾਸਤੇ ਕੋਈ ਵੀ ਨਹੀਂ ਸੀ ਘਰ ਵਿੱਚ ਤੇ ਉਹਨਾਂ ਦੀ ਪਰਵਰਿਸ਼ ਵੀ ਤੁਸੀਂ ਕੀਤੀ ਨਹੀਂ ਮੈਂ ਨਹੀਂ ਕੀਤੀ ਮੈਂ ਉਹਨਾਂ ਤੋਂ ਇਨਸਪਾਇਰ ਹੋ ਕੇ ਪੜਨਾ ਸ਼ੁਰੂ ਕੀਤਾ ਇਨਸਪਾਇਰ ਹੋ ਕੇ ਹਾਂਜੀ ਕਿ ਪੜ੍ਹਾਈ ਸਾਡੇ ਲਈ ਬਹੁਤ ਜ਼ਰੂਰੀ ਹੈ ਪੈਰਾਂ ਤੇ ਖੜੇ ਹੋਣ ਲਈ ਫਿਰ ਪਰ ਇਹਦੇ ਵਿੱਚ ਇੱਕ ਇੱਕ ਬੜੀ ਅੱਛੀ ਗੱਲ ਹੈ ਕਿ ਮੇਰੇ ਫਾਦਰ ਇਨ ਲਾ ਨੇ ਤੇ ਮੇਰੀ ਮਦਰ ਇਨ ਲਾ ਨੇ ਬਹੁਤ ਕੋਸ਼ਿਸ਼ ਕੀਤੀ ਮੈਨੂੰ ਮਤਲਬ ਪੜਾਣ ਚ ਬੱਚਿਆਂ ਦੇ ਬੱਚੇ ਵੀ ਉਹੀ ਲੈ ਕੇ ਆਉਂਦੇ ਸੀ ਸਕੂਲ ਨੂੰ ਉਹੀ ਛੱਡ ਕੇ ਆਉਂਦੇ ਸੀ ਮੈਂ ਸੋਈ ਨਹੀਂ ਕੀਤਾ ਸੀ ਕਿ ਮੈਂ ਮੈਰਿਡ ਆ ਜਾਂ ਬੱਚਾ ਆਪਣੀ ਧੀ ਦੇ ਨਾਲ ਪੜ੍ਹਦੀ ਸੀ ਅੱਛਾ ਤੇ ਉਹ ਕਦੇ ਸਕੂਲ ਚ ਫੇਰ ਐ ਨਹੀਂ ਹੋਇਆ ਕਿ ਉਹਨਾਂ ਨੇ ਤੁਹਾਨੂੰ ਮਮਾ ਕਹਿ ਕੇ ਬੁਲਾਉਂਦੇ ਉਹ ਐਸਾ ਸੀਗਾ ਕਿ ਉਹ ਸਕੂਲ ਨਾ ਜਿਹੜਾ ਬੱਚਿਆਂ ਦਾ ਸਕੂਲ ਸੀ ਉਹ ਗਰਾਉਂਡ ਫਲੋਰ ਤੇ ਸੀਗਾ ਅੱਛਾ ਮੈਂ ਉੱਪਰ ਸੀ ਮੈਂ ਨਾ ਹੇਠੇ ਉੱਤਰ ਦੀ ਸੀ ਨਾ ਮੈਂ ਉਹਨੂੰ ਗੈਰ ਰੱਖਿਆ ਕਿ ਤੂੰ ਉੱਪਰ ਨਹੀਂ ਆਣਾ ਹੈਗਾ ਅੱਛਾ ਤੇ ਤੁਸੀ ਆਪਣਾ ਰੋਬ ਵੀ ਨਾਲ-ਨਾਲ ਰੱਖਿਆ ਜਾ ਰਿਹਾ ਨਹੀਂ ਨਹੀਂ ਉਹ ਫਿਰ ਮਾਂ ਮਾਂ ਕਹੇਗੀ ਮਤਲਬ ਕਹਾਣਾ ਜਦੋਂ ਉਸ ਵੇਲੇ ਨਹੀਂ ਸੀ ਅਸੀਂ ਚਾਹਦੇ ਕਿ ਕਿਉਂਕਿ ਮੇਰੀ ਤੇ ਮੇਰੇ ਨਾਨਨ ਦੀ ਫੀਸ ਅੱਧੀ ਹੋਈ ਹੋਈ ਸੀ ਅੱਛਾ ਉਹ ਨਾਨਨ ਵੀ ਮੇਰੇ ਨਾਲੇ ਪੜਦੀ ਸੀ ਮੈਂ ਮੇਰੀ ਤੇ ਮੇਰੇ ਨਾਨੇ ਕੋ ਸਕੂਲ ਚ ਪੜਦੇ ਸੀ ਅਸੀਂ ਤੇ सब तो ज़्यादा काबिल तारीफ जो गल है वो ये है कि हूँ मैडम बचंत कौर जी दियाँ छपंजा किताबा हाँ तकरीबन किताबा आ चुकी हैं फिर जो मेरी नूह आई तो मैं एम ए च पढ़ रही थी क्या बात है फिर एम ए Uh, मेरे तो बाद uh, मतलब इस वक्त क्वालिफिकेशन एम फिल कर चुके हो हाँ जी क्या बात है और कई सारे अवार्ड्स के नाम नवाजे मैं चाहागी कि तुसी आप दसो कि अवार्डस ने जो ਇਹ ਸਾਡੇ ਵਾਸਤੇ ਵਾਕਈ ਬਹੁਤ ਵੱਡੀ ਮਿਸਾਲ ਹੈ ਕਿ ਝੋਪੜ ਪੱਟੀ ਦੇ ਵਿੱਚ ਰਹਿਣਾ, ਪੜਨਾ, ਧੀ ਔਰ ਮਾਂ ਇੱਕੋ ਸਕੂਲ ਦੇ ਵਿੱਚ ਜਾਂਦੇ ਰਹੇ ਨੇ ਤੇ ਆਪਣੀ ਬੇਟੀ ਨੂੰ ਕਹਿਣਾ ਕਿ ਮੈਨੂੰ ਮਾਂ ਕਹੇ ਕਿ ਨਹੀਂ ਬੁਲਾਣਾ ਤੇ ਅਲੱਗ ਰਹਿਣਾ ਕਿ ਬੱਚਿਆਂ ਨੂੰ ਪਤਾ ਨਾ ਲੱਗੇ ਕਿ ਮਾਵਾਂ ਧੀਆਂ ਸਕੂਲ ਦੇ ਵਿੱਚ ਸੇਮ ਪੜ ਰਹੀਆਂ ਨੇ ਇਹ ਚੀਜ਼ਾਂ ਸ਼ਾਇਦ ਮੈਨੂੰ ਲੱਗਦਾ ਹੈ ਕਿ ਕੁਝ ਹੀ ਔਰਤਾਂ ਕਰ ਸਕਿਆ ਨਹੀਂ ਬਟ ਸਾਨੂੰ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਕਿ ਪੜਨ ਦੀ ਵਾਕਈ ਕੋਈ ਉਮਰ ਨਹੀਂ ਹੁੰਦੀ ਵਿਦਿਆ ਨੂੰ ਹਾਸਲ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਔਰ ਬਚਨਤ ਮੈਮ ਤੁਸੀਂ ਇੱਕ ਬਹੁਤ ਵੱਡੇ ਇਨਸਪੀਰੇਸ਼ਨ ਹੋ ਸਾਡੀ ਸੁਸਾਇਟੀ ਵਾਸਤੇ ਇਨਾ ਕੁੜੀਆਂ ਵਾਸਤੇ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਅੱਜਕੱਲ ਦੇ ਸਮੇਂ ਦੇ ਅੰਦਰ ਲੋਕ ਬਹੁਤ ਜਲਦੀ ਹੌਸਲਾ ਹਾਰ ਜਾਂਦੇ ਨੇ ਪਰ ਮੈਨੂੰ ਲੱਗਦਾ ਤੁਹਾਡੇ ਵਿੱਚ ਹੌਸਲਾ ਬਹੁਤ ਜ਼ਿਆਦਾ ਸੀ ਤਾਂ ਹੀ ਤੁਸੀਂ ਆਪਣੇ ਸੁਪਨਿਆਂ ਦੀ ਇਸ ਉਡਾਨ ਨੂੰ ਭਰਿਆ ਉਹ ਆਪਾਂ ਨੂੰ ਸਭ ਨੂੰ ਯਾਦ ਆ ਜਾਂਦਾ ਕਿੰਗ ਸਪਾਈਡਰ ਵਾਲੀ ਸਟੋਰੀ ਜੀ 10 ਵਾਰੀ ਉਹ ਚੜੀ ਸੀ ਜੀ ਤੇ 10 ਵਾਰੀ ਹਾਰਿਆ ਸੀ ਕਿੰਗ ਸਪਾਈਡਰ ਤੇ ਮੈਂ ਇਸੇ ਉਸੇ ਤਰੀਕੇ ਨਾਲ ਜਦ ਮੈਂ ਫੇਲ ਹੁੰਦੀ ਸੀ ਨਾ ਮੈਨੂੰ ਦੁੱਖ ਤੇ ਬੜਾ ਹੁੰਦਾ ਸੀ ਪਰ ਫਿਰ ਮੇਰੇ ਸਾਹਮਣੇ ਉਹ ਸਟੋਰੀ ਸੀ ਕਿ ਮੈਂ ਇਮਤਿਹਾਨ ਦਿੰਦੇ ਜਾਣਾ ਪੜ੍ਹਦੇ ਜਾਣਾ ਤੇ ਹੁਣ ਵੀ ਮੇਰੀ ਪੜ੍ਹਾਈ ਮਤਲਬ ਚੱਲ ਰਹੀ ਸੀ ਡਾਕਟੋਰੇਟ ਵਾਸਤੇ ਮੈਂ ਇੰਗਲੈਂਡ ਯੂਨੀਵਰਸਿਟੀ 'ਚ ਮੇਰੀ ਰਜਿਸਟ੍ਰੇਸ਼ਨ ਹੋਈ ਸੀ ਜੀ ਔਰ ਮੈਨੂੰ ਗਾਈਡ ਵੀ ਬਹੁਤ ਅੱਛਾ ਮਿਲ ਗਿਆ ਸੀਗਾ ਡਾਕਟਰ ਸਾਈਕਲ ਗੁੜਵਾਣੀ ਤੇ ਸੀਗਾ ਲੇਕਿਨ ਉਸੇ ਦਿਨ ਮੇਰਾ ਬੇਟਾ ਅ ਅਮਰੀਕਾ ਚਲਾ ਗਿਆ ਉਹਦਾ ਵੀਜ਼ਾ ਲੱਗ ਗਿਆ ਉਹਨੇ ਕਿ ਮਮਾ ਮੈਂ ਤੇ ਜਾਣਾ ਜ਼ਰੂਰ ਤੇ ਉਸੇ ਦਿਨ ਮੈਂ ਇੰਗਲੈਂਡ ਜਾਣਾ ਸੀਗਾ ਜੀ ਤੇ ਫਿਰ ਮੈਂ ਆਪਣਾ ਡਰਾਪ ਕੀਤਾ ਪੀ ਐਚ ਡੀ ਦਾ ਅੱਛਾ ਤੇ ਮੈਂ ਪੀ ਐਚ ਡੀ ਨਹੀਂ ਕਰ ਸਕੀ ਫਿਰ ਉਸ ਗੱਲ ਦਾ ਵੀ ਮੈਨੂੰ ਇੱਕ ਸੁਪਨਾ ਮੇਰਾ ਰਹਿ ਗਿਆ ਨਹੀਂ ਪਰ ਮੈਨੂੰ ਲੱਗਦਾ ਕਿ ਉਹ ਸੁਪਨਾ ਤੁਸੀਂ ਹੁਣੇ ਵੀ ਪੂਰਾ ਕਰ ਲਓਗੇ ਕਿ ਤੁਹਾਡਾ ਕੌਨਫੀਡੈਂਸ ਇੰਨਾ ਜ਼ਿਆਦਾ ਹੈ ਹਾਂ ਲੇਕਿਨ ਹੁਣ ਸਟੂਡੈਂਟ ਮੇਰੇ ਅੰਕ ਤਾਬਾਂ ਤੇ ਪੀ ਐਚ ਡੀ ਕਰ ਰਹੇ ਨੇ ਬਹੁਤ ਅੱਛੀ ਜੀ ਕੀ ਬਾਤ ਹੈ ਕੀ ਬਾਤ ਹੈ ਜੀ ਬਹੁਤ ਬਹੁਤ ਤੇ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਸੋ ਕਹਿੰਦੇ ਨੇ ਕਿ ਹੋਣੀ ਜਦੋਂ ਸਮੇ ਦੀ ਦੀਵਾਰ ਉੱਚੀ ਚੜਦੀ ਹੈ ਉੱਪਰ ਉੱਪਰ ਜਾਂਦੀ ਰਹਿੰਦੀ ਹੈ ਤੇ ਉਹ ਹਾਦਸਿਆਂ ਦੀ ਖੁੱਡਾਂ ਦੇ ਵਿੱਚੋਂ ਹੋ ਕੇ ਲੰਘਦੀ ਹੈ ਤੇ ਨਾ ਹਾਦਸਿਆਂ ਦੇ ਕਈ ਵਾਰ ਅਸੀਂ ਇਹੋ ਜੇ ਸ਼ਿਕਾਰ ਹੁੰਦੇ ਹਾਂ ਕਿ ਅਸੀਂ ਆਪਣੀ ਸ਼ਕਲ ਵੀ ਕਿਸੇ ਨੂੰ ਦਿਖਾਉਣਾ ਪਸੰਦ ਨਹੀਂ ਕਰਦੇ ਕਿ ਸਾਡੇ ਨਾਲ ਕੁਝ ਹੋ ਚੁੱਕਾ ਹੈ ਅਸੀਂ ਇੱਕ ਇਹੋ ਜੇ ਹਾਦਸੇ ਦੇ ਸ਼ਿਕਾਰ ਹੋਏ ਹਾਂ ਜੋ ਕਿਸੇ ਨੂੰ ਦੱਸਣ ਦੇ ਯੋਗ ਵੀ ਨਹੀਂ ਤੇ ਉਹ ਕਿਸੇ ਦੇ ਨਾਲ ਹੰਡਾਇਆ ਵੀ ਨਹੀਂ ਜਾ ਸਕਦਾ ਪਰ ਆਪਣੇ ਦਿਲ ਦੇ ਵਿੱਚ ਕੁਝ ਇਹੋ ਜੀਆਂ ਗੱਲਾਂ ਲੈ ਕੇ ਬੈਠੇ ਨੇ ਅੱਜ ਇੱਧਰ ਸਾਡੇ ਨਾਲ ਇੰਡੀਆ ਦੀ ਉਹ ਪਹਿਲੀ ਫੀਮੇਲ ਐਂਬੂਲੈਂਸ ਡਰਾਈਵਰ ਮਨਜੀਤ कौर ਇੱਕ ਵਾਰ ਜ਼ੋਰਦਾਰ ਮਨਜੀਤ ਜੀ ਸਭ ਤੋਂ ਪਹਿਲਾ ਸਵਾਲ ਤੇ ਮੇਰਾ ਤੁਹਾਨੂੰ ਇਹ ਹੈ ਕਿ ਮੈਂ ਤੁਹਾਡੀਆਂ ਸਾਰੀਆਂ ਤਸਵੀਰਾਂ ਸੂਟ ਦੇ ਵਿੱਚ ਵੇਖੀਆਂ ਸੀ ਤੇ ਅੱਜ ਇਹ ਲਿਬਾਸ ਹੀ ਬਦਲਿਆ ਹੋਇਆ ਹੈ ਸੂਟ ਛੱਡਣਾ ਵੀ ਇੱਕ ਕਹਿ ਲੋ ਕਿ ਮਜਬੂਰੀ ਸੀ ਜੀ ਕਿਉਂਕਿ ਰਾਤ ਦੇ ਟਾਈਮ ਗੱਡੀ ਚਲਾਉਣਾ ਤੇ ਸੂਟ ਪਾ ਕੇ ਜਾਣਾ ਤੇ ਜ਼ਿਆਦਾਤਰ ਮਜਬੂਰੀ ਲਾਲੋ ਤੇ ਬਣ ਜਾਂਦੀ ਸੀ ਕਿ ਲੋਕੀ ਦੇਖਦੇ ਕੀ ਇੱਕ ਔਰਤ ਚਲਾਉਂਦੀ ਹੈ ਤੇ ਲੋਕੀ ਮਗਰ ਗੱਡੀਆਂ ਲਾ ਲੈਂਦੇ ਸੀ ਜੀ ਕਈ ਵਾਰੀ ਮੈਨੂੰ ਬੰਦੇ ਪੈ ਚੁੱਕੇ ਸੀ ਸੂਟ ਦੇ ਵਿੱਚ ਹੀ ਚਲਾਣ ਦੇ ਨਾਲ ਜੀ ਇਕ ਵਾਰ ਮੈਂ ਚੰਡੀਗੜ੍ਹ ਗਈ ਉੱਥੇ ਮੇਰਾ ਇਸ ਚੀਜ਼ ਦਾ ਚਲਾਨ ਕਰ ਦੇਣ ਲੱਗੇ ਕਿ ਤੁਸੀਂ ਸੂਟ ਪਾ ਕੇ ਚਲਾਉਂਦੇ ਤੁਸੀਂ ਇੰਨੀ ਗੱਡੀ ਹੈਵੀ ਉਹ ਜਿਹੜੀ ਆ ਕਿ ਐਮਬੂਲੈਂਸ ਐਮਰਜੈਂਸੀ ਹੁੰਦੀ 24 ਘੰਟੇ ਚਲਾਉਣ ਵਾਲੀ ਪੇਸ਼ੈਂਟ ਚੁੱਕਣਾ ਪੇਸ਼ੈਂਟ ਲੈ ਕੇ ਜਾਣਾ ਸਿਲੰਡਰ ਆਕਸੀਜਨ ਵਾਲਾ ਚੁੱਕਣਾ ਤੁਸੀਂ ਸੂਟ ਪਾਇਆ ਸਟੀਰਿੰਗ ਦੇ ਵਿੱਚ ਤੁਹਾਡੀ ਚੁੰਨੀ ਅੜ ਜੇ ਫੇਰ ਉਹਦੇ ਵਾਸਤੇ ਮੈਨੂੰ ਸੂਟ ਲਾਣਾ ਪਿਆ ਤੇ ਮਨਜੀਤ कौर ਦੀ ਜ਼ਿੰਦਗੀ ਕੋਈ ਆਸਾਨ ਨਹੀਂ ਰਹੀ ਹੈ ਇਹਨਾਂ ਨੇ ਇਹੋ ਜੀਆਂ ਮੁਸੀਬਤਾਂ ਦਾ ਦਿੱਕਤਾਂ ਦਾ ਸਾਹਮਣਾ ਕੀਤਾ ਹੈ ਜਿਨ੍ਹਾਂ ਨੂੰ ਛੇਲਨ ਤੋਂ ਬਾਅਦ ਸ਼ਾਇਦ ਬਹੁਤ ਹੀ ਔਰਤਾਂ ਘੱਟ ਇਹੋ ਜਿਹੀਆਂ ਹੁੰਦੀਆਂ ਨੇ ਜੋ ਸਰਵਾਈਵ ਕਰ ਪਾਣ ਪਰ ਇੱਕ ਔਰਤ ਹੁੰਦੇ ਹੋਏ ਐਂਬੂਲੈਂਸ ਚਲਾਣਾ ਮੈਨੂੰ ਲੱਗਦਾ ਹੈ ਕਿ ਇੱਕ ਲਾਸ਼ ਨੂੰ ਵੇਖਦੇ ਸਾਰ ਜੇ ਅਸੀਂ ਇਕੱਲੇ ਚ ਹੋਈਏ ਤੇ ਅਸੀਂ ਡਰ ਜਾਵਾਂਗੇ ਲੇਕਿਨ ਇਹ ਤਿੰਨ ਤਿੰਨ ਲਾਸ਼ਾਂ ਲੈ ਕੇ ਤੇ ਬੰਬੇ ਤੱਕ ਦਾ ਸਫ਼ਰ ਅਸਾਮ ਤੱਕ ਦਾ ਸਫ਼ਰ ਇਹਨਾਂ ਨੇ ਤੈਅ ਕੀਤਾ ਵੀ ਰੀਅਲੀ ਸੈਲੂਟ ਟੂ ਪੀਨੂ ਥੋੜਾ ਜਿਹਾ ਆਪਣੇ ਸਫ਼ਰ ਦੇ ਬਾਰੇ ਦੱਸੋ ਮੈਂ 15 ਸਾਲ ਦੀ ਸੀ ਜਦੋਂ ਮੇਰਾ ਵਿਆਹ ਹੋ ਗਿਆ ਸੀ ਵਿਆਹ ਮੇਰਾ ਇਸ ਤਰ੍ਹਾਂ ਹੋਇਆ ਕਿ ਮੇਰਾ ਰੰਗ ਕਾਲਾ ਸੀ ਇਹ ਵੀ ਅੱਜ ਕੱਲ ਦੇ ਵਿੱਚ ਜ਼ਿਆਦਾ ਹੁੰਦਾ ਹੈ ਕਿ ਕੁੜੀ ਦਾ ਰੰਗ ਨਾ ਕਾਲਾ ਹੋਵੇ ਸਭ ਤੋਂ ਵੱਡੀ ਪ੍ਰੋਬਲਮ ਇਹ ਆਏ ਮੇਰੀ ਫੈਮਿਲੀ ਸਾਰਿਆਂ ਦੀ ਸੋਹਣੀ ਸੀ ਮੈਂ ਮੇਰਾ ਰੰਗ ਕਾਲਾ ਸੀ ਮੇਰੇ ਡੈਡੀ ਬਿਮਾਰ ਰਹਿਣ ਲੱਗੇ ਹਮਮੇ ਮੇਰੀ ਭੈਣ ਨੇ ਹੀ ਮੇਰਾ ਰਿਸ਼ਤਾ ਕਰਾਇਆ ਪਿੰਡ ਦੇ ਵਿੱਚ ਅੱਛਾ ਔਰ ਰਿਸ਼ਤਾ ਕਰਾਇਆ ਕਿ ਇੱਕ ਨਣਦ ਮੈਂਟਲ ਇੱਕ ਜੇਠ ਮੈਂਟਲ ਉਤੋਂ ਘਰ ਵਾਲਾ ਜਿਹੜਾ ਸ਼ਰਾਬੀ ਲੱਗਦਾ ਹਮਮੇ ਵਿਆਹ ਹੋ ਗਿਆ ਮੇਰਾ ਮੈਨੂੰ ਰੋਟੀ ਵੀ ਨਹੀਂ ਸੀ ਬਣਾਣੀ ਆਉਂਦੀ ਜਦੋਂ ਮੇਰਾ 15 ਸਾਲ ਦੇ ਵਿੱਚ ਵਿਆਹ ਹੋ ਗਿਆ ਸੀ ਹਮਮੇ ਮੈਨੂੰ ਉੱਥੇ ਜਾ ਕੇ ਸਾਰਾ ਕੁਝ ਪਤਾ ਲੱਗਾ ਕਿ ਹਾਂ ਦੀਨ ਦੁਨੀਆ ਕੀ ਹੁੰਦੀ ਆ ਹੂੰ ਮੇਰੀ ਸੱਸ ਨਨਾਨ ਸਾਰੇ ਇਸ ਤਰ੍ਹਾਂ ਮੇਰੇ ਨਾਲ ਮਤਲਬ ਕਿ ਮਾੜਾ ਵਰਤਨ ਲੱਗ ਗਿਆ ਕਿ ਜੋ ਕੀ ਕਹਿੰਦੀਆਂ ਗੱਲਾਂ ਕਿਉਂਕਿ ਮੇਰਾ ਘਰ ਵਾਲਾ ਸ਼ਰਾਬੀ ਸੀ ਜੀ ਪਹਿਲੀ ਦੂਜੀ ਦੇਣੀ ਉਸਨੇ ਮੈਨੂੰ ਮਤਲਬ ਮਾਰਨਾ ਕੁੱਟਣਾ ਸ਼ੁਰੂ ਕਰਤਾ ਤੇ ਤੁਸੀਂ ਉਹ ਸ਼ੁਰੂਆਤ ਦੇ ਵਿੱਚ ਕੀ ਇਹ ਨਹੀਂ ਕਿਹਾ ਕਿ ਇਹ ਸਭ ਮੇਰੇ ਨਾਲ ਜੋ ਹੋ ਰਿਹਾ ਵੀ ਮੈਂ ਛੱਡ ਦਿਆਂ ਜਾਂ ਮੈਂ ਹੁਣੇ ਪਿੱਛੇ ਹੋ ਜਾ ਕੁਝ ਐਹੋ ਜਿਹਾ ਫੈਸਲਾ ਨਹੀਂ ਲਿੱਤਾ ਨਹੀਂ ਫੈਸਲਾ ਲੈਣ ਦੇ ਕਾਬਲ ਨਹੀਂ ਸੀ ਕਿਉਂਕਿ ਮੈਂ ਕਿਤੇ ਛੋਟੀ ਸੀ ਇੱਕ ਸਾਡੀ ਮਾਂ ਨੇ ਇਹ ਗੱਲ ਕਹੀ ਸੀ ਕਿ ਤੂੰ ਅੱਜ ਤੂੰ ਵਿਆਹ ਹੀ ਚੱਲੀ ਐ ਤੇ ਤੂੰ ਸਿਰਫ ਸਹੁਰਿਆਂ ਜੋਗੀ ਐ ਮੈਂ ਤੈਨੂੰ ਵਿਆਹ ਦੇਣ ਲੱਗੀ ਆ ਤੇਰਾ ਪਿਓ ਬਿਮਾਰ ਐ ਜੀ ਜੋ ਕੁਛ ਹੈ ਤੇਰਾ ਸਹੁਰੇ ਹੀ ਆ ਹੂੰ ਹੂੰ ਮੈਂ ਉਹਨਾਂ ਨੂੰ ਦੱਸਣ ਜੋਗੀ ਨਹੀਂ ਸੀ ਕਿ ਮੈਂ ਕੀ ਦੱਸਾਂ ਉਹਨਾਂ ਨੂੰ ਕਿਉਂਕਿ ਮੇਰੀ ਮਾਂ ਨੇ ਇਹ ਗੱਲ ਕਹਿਤੀ ਸੀ ਤੇ ਤੁਸੀਂ ਮੁਸੀਬਤਾਂ ਬਹੁਤ ਦੇਖੀਆਂ ਹੈ ਨਾ ਕਿ ਘਰ ਵਾਲੇ ਦੀ ਮਾਰ ਵੀ ਪਈ ਔਰ ਘਰ ਦੇ ਵਿੱਚ ਜੋ ਲੋਕ ਸੀਗੇ ਉਹ ਵੀ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਤਾਂ ਇਹਨਾਂ ਸਾਰਿਆਂ ਨੂੰ ਸੰਭਾਲਦਾ ਫਿਰ ਕੌਣ ਸੀ ਖੁਦ ਹੀ ਸੰਭਾਲਣਾ ਪੈਂਦਾ ਸੀ ਹੂੰ ਦੇਖ ਦੇ ਕੇ ਸਾਰਾ ਕੁਝ ਕਰਨਾ ਪੈਂਦਾ ਸੀ ਜਿੱਥੇ ਕੰਮ ਛੱਡਣਾ ਉੱਥੇ ਹੀ ਖੁਦ ਹੀ ਕਰਨਾ ਪੈਣਾ ਜਾ ਕੇ ਕੌਣ ਕਰੇਗਾ ਆਣ ਕੇ ਕਹਿਣਾ ਇਹ ਫਲਾਣੇ ਦੀ ਨੂੰਹ ਹੈ ਮੋਟੀ ਹੈ ਫਲਾਣੇ ਦੀ ਆਈ ਅੱਛਾ ਸੱਸ ਨੇ ਕੰਮ ਛੱਡ ਦੇਣਾ ਉੱਥੇ ਹੀ ਹੂੰ ਹੂੰ ਨਨਾਨ ਨੇ ਜੇ ਵਿਆਹੀ ਇੱਕ ਨਨਾਨ ਉਹਨੇ ਆਣਾ ਉਹਨੇ ਛੱਡ ਦੇਣਾ ਤੁਸੀਂ ਅਸੀਂ ਆਏ ਆ ਸਾਨੂੰ ਇਹ ਕੁਛ ਇਦਾਂ ਹੋਣਾ ਚਾਹੀਦਾ ਸਾਨੂੰ ਇਦਾਂ ਹੋਣਾ ਚਾਹੀਦਾ ਦੇਖ ਦੇਖ ਕੇ ਮੈਨੂੰ ਕਰਨਾ ਪੈਣਾ ਹੂੰ ਜੇ ਮੇਰੇ ਘਰ ਵਾਲੇ ਨੇ ਮੈਨੂੰ ਕੁੱਟਣਾ ਮਾਰਨਾ ਮੇਰੀਆਂ ਦਰਾਣੀਆਂ ਜਟਾਣੀਆਂ ਕਹਿਣਾ ਘਰ ਵਾਲਾ ਹੀ ਕੁੱਟਦਾ ਕਿਹੜਾ ਬਗਾਨਾ ਕੁੱਟਦਾ ਮਤਲਬ ਕਿ ਉਹ ਉਹਨਾਂ ਨੂੰ ਸ਼ਹਿ ਮਿਲਦੀ ਰਹੀ ਕਿ ਵੀ ਹਾਂ ਕਿਉਂਕਿ ਅਕਸਰ ਘਰਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਅੱਜ ਵੀ ਚੱਲਦੀ ਹੈ ਚੱਲਦੀ ਹੈ ਕਹਿੰਦੇ ਨੇ ਕਿ ਵੀ ਇਹ ਆਦਮੀ ਇਹਨੂੰ ਮਾਰਨ ਦਾ ਹੱਕ ਹੈ ਤੁਸੀਂ ਕਿਵੇਂ ਖਿਲਾਫਤ ਕੀਤੀ ਫਿਰ ਇਸ ਚੀਜ਼ ਦੀ ਮੈਂ ਖਿਲਾਫਤ ਉਸ ਵੇਲੇ ਨਹੀਂ ਸੀ ਕੀਤੀ ਹਮ ਪਰ ਜਦੋਂ ਮੈਨੂੰ ਸਾਰਾ ਕੁਝ ਲੱਗਾ ਕਿ ਮੇਰੇ ਘਰ ਵਾਲੇ ਨੇ ਮਤਲਬ ਕਿ ਜ਼ਮੀਨ ਜਿਹੜੀ ਸੀ ਉਹ ਵੇਚਣੀ ਸ਼ੁਰੂ ਕਰ ਦਿੱਤੀ ਸਾਨੂੰ ਨਹੀਂ ਸੀ ਘਰ ਦੇ ਵਿੱਚ ਪਤਾ ਹੁੰਦਾ ਅੱਛਾ ਵੀ ਘਰ ਵਾਲਾ ਕੀ ਕਰਦਾ ਕੀ ਨਹੀਂ ਕਰਦਾ ਅੱਛਾ ਖੂ ਤੇ ਮਸ਼ੀਨਾਂ ਲੱਗਣੀਆਂ ਰੋਟੀ ਲੈ ਜਾਣੀ ਹੂੰ ਪੱਠੇ ਵੜਾ ਲੈਣੇ ਨਾਲ ਧਾਰਾ ਕਢਾ ਲੈਣੀ ਆ ਮੱਜਾਂ ਦੀਆਂ ਅੱਛਾ ਖੂਤੇ ਮਾਲ ਡੰਗਰ ਲੈ ਜਾਣਾ ਬਾਅਦ ਚ ਉਹਨੇ ਜਿੱਦਾਂ ਮਤਲਬ ਕਿ ਸਵੇਰੇ ਮਾਲ ਡੰਗਰ ਲੈ ਗਿਆ ਖੂਤੇ ਹੂੰ ਹੂੰ ਸ਼ਾਮ ਨੂੰ ਪਤਾ ਨਹੀਂ ਉਹ ਕਿੱਥੇ ਹੋਵੇ ਅੱਛਾ ਫੇਰ ਉਹ ਤੂੰ ਸੁਨੇ ਆਉਣਾ ਕਿ ਮੱਜਾਂ ਬੱਜੀਆਂ ਭੁੱਖੀਆਂ ਉਹਨਾਂ ਨੂੰ ਜਾ ਕੇ ਪੱਠੇ ਪਾਣੇ ਲੈ ਕੇ ਫੇਰ ਵਾਪਸ ਆਉਣਾ ਫੇਰ ਉਹਨਾਂ ਦੀਆਂ ਆਣ ਕੇ ਧਾਰਾ ਕਢਣੀਆਂ ਅੱਛਾ ਫੇਰ ਉਹ ਦੁੱਧ ਪਾਣਾ ਹੌਲੀ ਹੌਲੀ ਦੇਖ ਦੇ ਕੇ ਜਾ ਜਾ ਗਈ ਨਹੀਂ ਯਾਰ ਆਪ ਹੀ ਕਰਨਾ ਪੈਣਾ ਸਾਰਾ ਕੁਝ ਜੋ ਵੀ ਆ ਅੱਛਾ ਇਹ ਮੈਨੂੰ ਹੀ ਕਰਨਾ ਪੈਣਾ ਪਰ ਇੱਥੋਂ ਦੀ ਇੱਕ ਐਂਬੂਲੈਂਸ ਡਰਾਈਵਰ ਬਣਨ ਤੱਕ ਦਾ ਇਹ ਸਫ਼ਰ ਇਹ ਕਿ ਇਦਾਂ ਕਿਵੇਂ ਪਹੁੰਚ ਗਏ ਤੁਸੀਂ ਜਦੋਂ ਮੇਰਾ ਸਾਰਾ ਕੁਝ ਹੀ ਵਿਕ ਗਿਆ ਮੈਮ ਹੂੰ ਕੁਝ ਵੀ ਨਾ ਰਿਆ ਮੇਰੀ ਉਹਨਾਂ ਦਿਨਾਂ ਵਿੱਚ ਮੇਰੀ ਮਾਤਾ ਜੀ ਬਿਮਾਰ ਰਹਿੰਦੀ ਹੁੰਦੇ ਸੀ ਅੱਛਾ ਤੇ ਜਦੋਂ ਮੇਰਾ ਘਰ ਵਾਲਾ ਕੋਟਦਾ ਸੀ ਨਾ ਤਾਂ ਮੈਂ ਆਪਣੀ ਮਾਂ ਕੋ ਚੱਲ ਜਾਂਦੀ ਹੁੰਦੀ ਸੀ ਅੱਛਾ ਉਹਨਾਂ ਦੇ ਬਿਮਾਰ ਹੋਣ ਦੇ ਕਰਕੇ ਜਦੋਂ ਉਹਨਾਂ ਨੂੰ ਅਸੀਂ ਨਾ ਗੁਰੂ ਨਾਨਕ ਮਿਸ਼ਨ ਦੇ ਵਿੱਚ ਲੈ ਕੇ ਹੁੰਦੇ ਸੀ ਅੱਛਾ ਹਸਪਤਾਲ ਦੇ ਵਿੱਚ ਹਾਂਜੀ ਉਹਨਾਂ ਨੂੰ ਲੈ ਕੇ ਆਉਣਾ ਕਰਨਾ ਤੇ ਮੈਂ ਆਪਣੀ ਮਾਂ ਦੇ ਨਾਲ ਨਾ ਐਂਬੂਲੈਂਸ ਦੇ ਵਿੱਚ ਬਹਿ ਕੇ ਆਉਣਾ ਕਰਨਾ। ਅੱਛਾ ਜਦੋਂ ਇਦਾਂ ਲਾਈਟਾਂ ਦੇ ਵਿੱਚ ਚੁੰਗਣਾ ਮੈਨੂੰ ਬੜਾ ਮਜ਼ਾ ਆਉਣਾ ਕਰਨਾ ਕਿ ਆ ਕਿੰਨਾ ਵਧੀਆ ਲੱਗਦਾ ਹੈ। ਕੋਈ ਲਾਈਟ ਦੇ ਵਿੱਚ ਕੋਈ ਅੱਗੇ ਆਉਂਦਾ ਨਹੀਂ, ਕੋਈ ਮਤਲਬ ਕਿ ਪੁਲਿਸ ਵਾਗ ਨਹੀਂ। ਅੱਛਾ ਇਹ ਸੀਗਾ ਕਿ ਰੈੱਡ ਲਾਈਟ ਵੀ ਨਹੀਂ ਰੁਕਣਾ। ਰੈੱਡ ਲਾਈਟ ਵੀ ਰੁਕਦੇ ਕੋਈ ਰਸਤੇ ਦੇ ਵਿੱਚ ਆ ਭੱਜੀ ਜਾਣਾ, 도ੜੇ ਜਾਣਾ। ਕਿੰਨੀ ਵਧੀਆ ਲੋਕੀ ਫਿਰ ਦੇਖਦੇ ਆ ਕਿ ਰਸਤਾ ਛੱਡ ਦਿੰਦੇ ਆ। ਲੈ ਗੱਡੀਆਂ ਸਾਈਡਾਂ ਤੇ ਕਰਨੇ। ਮੈਂ ਖੁਦ ਹੀ ਇੱਕ ਦਿਨ ਸੋਚਿਆ ਯਾਰ ਮੈਂ ਗੱਡੀ ਚਲਾਵਾਂ ਕਿੰਨਾ ਮਜ਼ਾ ਆਵੇ ਨਾ ਗੱ ਪਰ ਮੈਨੂੰ ਨਹੀਂ ਸੀ ਪਤਾ ਕਿ ਮੇਰਾ ਇੱਕ ਸ਼ੌਂਕ ਸੀ ਡਰਾਈਵਰੀ ਕਰਨਾ ਇੱਕ ਮੇਰਾ ਨਾ ਸ਼ੌਂਕ ਸੀ ਮੈਂ ਬਚਪਨ ਦੇ ਵਿੱਚ ਆਪਣੇ ਭਰਾਵਾਂ ਦੇ ਨਾਲ ਟਰੈਕਟਰ ਚਲਾਉਣਾ ਕਰਨਾ ਜਿੱਦਾਂ ਖੂਤੇ ਚੱਲ ਜਾਣਾ ਟਰੈਕਟਰ ਚਲਾਣ ਲੱਗ ਜਾਣਾ ਅੱਛਾ ਫਿਰ ਮੇਰੇ ਇੱਥੇ ਘਰ ਸੌਰਿਆਂ ਦੀ ਵੀ ਗੱਡੀ ਸੀ ਉਹ ਮੈਂ ਜਿੱਦਾਂ ਮਤਲਬ ਚੋਰੀ ਚਲਾਣੀ ਕਰਨੀ ਉਹਨਾਂ ਤੋਂ ਅੱਛਾ ਘਰ ਕੋਈ ਨਹੀਂ ਹੈਗਾ ਉਹਨੂੰ ਅੰਦਰ ਬਾਹਰ ਕਰਨੀ ਕਰਨੀ ਮੈਂ ਚੋਰੀ ਚਲਾਣੀ ਵੈਨ ਸੀ ਉਹ ਵੀ ਅੱਛਾ ਤੇ ਮੈਂ ਇਹ ਸੁਣਿਆ ਕਿ ਕਈ ਸਾਰੇ ਇਹੋ ਜਿਹੇ VIPs ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਹੋ ਕੌਣ ਕੌਣ ਹੈ ਜਿਨ੍ਹਾਂ ਨੂੰ ਹਾਂਜੀ ਮੈਂ ਜਿਸ ਤਰ੍ਹਾਂ ਜਸਪਾਲ ਭੱਟੀ ਜੀ ਸੀ ਉਹਨਾਂ ਨੂੰ ਲੈ ਕੇ ਗਈ ਸੀ ਇਥੋਂ ਜਲੰਧਰ ਤੋਂ ਪੋਸਟ ਆਫਿਸੋਂ ਕਰਾ ਕੇ ਫਿਰ ਉਹਨਾਂ ਨੂੰ ਮੈਂ ਚੱਢੀਗੜ ਛੱਡ ਕੇ ਆਈ ਸੀ ਹੋਰ ਵੀ ਕਾਫੀ ਇਸ ਤਰ੍ਹਾਂ ਦੇ ਜਿਨ੍ਹਾਂ ਦੀ ਬਾਡੀਸ ਮੈਂ ਲੈ ਕੇ ਗਈ ਆ ਜਿਸ ਤਰ੍ਹਾਂ ਇੱਕ ਐਕਸੀਡੈਂਟ ਇਥੇ ਰਮਾ ਮੰਡੀ ਹੋਇਆ ਸੀ ਤਿੰਨ ਜਾਣੇ ਐਕਸਪਾਇਰ ਹੋਏ ਸੀ ਮੀਆਂ ਬੀਵੀ ਸੀ ਉਹਨਾਂ ਦੀ ਬੇਟੀ ਸੀ ਤਿੰਨੇ ਜਾਣੇ ਐਕਸਪਾਇਰ ਹੋਏ ਸੀ ਜਦੇ ਕੋਈ ਮਤਲਬ ਕਿ ਜਿੱਦਾਂ ਉਹਨਾਂ ਦਾ ਕੱਲਾ ਇੱਕ ਸੋਹਰਾ ਸੀ ਉਹਨਾਂ ਦਾ ਜਿਹਦੋਂ ਕੋ ਪੈਸੇ ਦੇਣ ਨੂੰ ਗੱਡੀ ਦੇ ਕੋਲ ਨਹੀਂ ਸੀ ਹੈਗੇ ਅੱਛਾ ਗੱਡੀਆਂ ਵਾਲੇ ਪੈਸੇ ਜ਼ਿਆਦਾ ਮੰਗਦੇ ਮੈਂ ਕਿਹਾ ਕੋਈ ਗੱਲ ਨਹੀਂ ਮੇਰੀ ਗੱਡੀ ਚ ਪਾ ਦਿਓ ਤਿੰਨੇ ਜਣੇ ਅੱਛਾ ਨੀਚੇ ਉਹਨਾਂ ਦਾ ਘਰ ਵਾਲਾ ਪਾਇਆ ਉੱਪਰ ਘਰ ਵਾਲੀ ਨਾਲ ਬੇਟੀ ਪਾਈ ਫਿਰ ਮੈਂ ਉਹਨਾਂ ਨੂੰ ਤਿੰਨਾਂ ਨੂੰ ਲੈ ਕੇ ਗਈ ਸ਼ਿਆਰਪੁਰ ਦੇ ਲਾਗੇ ਹਰੀਆਂ ਵਿਲਾ ਆਇਆ ਉੱਥੇ ਲੈ ਕੇ ਗਈ ਮੈਂ ਉਹਨਾਂ ਨੂੰ ਹੂੰ ਹੂੰ ਉਸ ਵੇਲੇ ਉਹਨਾਂ ਦੇ ਨਾਲ ਕੱਲਾ ਉਹਨਾਂ ਦਾ ਇੱਕ ਸਹਰਾ ਸਾ ਵੀ ਉਹ ਵੀ ਕਹਿਣ ਲੱਗਾ ਕਿ ਮੈਨੂੰ ਮੇਰਾ ਦਿਲ ਨਹੀਂ ਹੈ ਮਤਲਬ ਕਿ ਡਰਦਾ ਏ ਦਿਲ ਮੈਂ ਬਹਿ ਨਹੀਂ ਸਕਦਾ ਨਾਲ ਉਹਨੂੰ ਲੱਗ ਇੱਕ ਗੱਡੀ ਉਹਦੇ ਪਿੰਡ ਵਾਲਿਆਂ ਦੀ ਆਈ ਉਹ ਲੈ ਕੇ ਗਏ ਮੈਂ ਉਹਨਾਂ ਨੂੰ ਕੱਲਿਆਂ ਨੂੰ ਲੈ ਕੇ ਗਈ ਤਿੰਨੇ अच्छा ते ਤੁਹਾਨੂੰ ਖੁਦ ਨੂੰ ਕਦੇ ਡਰ ਨਹੀਂ ਲੱਗਾ ਕਿ ਮੇਰੇ ਮੈਂ ਇੱਕ ਗੱਡੀ ਲੈ ਕੇ ਜਾ ਰਹੀ ਹਾਂ ਔਰ ਉਸ ਦੇ ਵਿੱਚ ਪਿਛੇ ਲਾਸ਼ਾਂ ਨੇ ਮੈਨੂੰ ਕੋਈ ਡਰ ਕਦੀ ਨਹੀਂ ਲੱਗਾ ਡੈੱਡ ਬੋਡੀਆਂ ਤੋਂ ਨਹੀਂ ਲੱਗਾ ਜਿੰਦਿਆਂ ਤੋਂ ਡਰ ਲੱਗਦਾ ਮੁਰਦਿਆਂ ਤੋਂ ਮੈਨੂੰ ਅੱਜ ਤੱਕ ਡਰ ਨਹੀਂ ਲੱਗਾ ਵਾਕੇ ਅੱਜ ਤੁਸੀਂ ਆਪਣੇ ਆਪ ਜੋਗੇ ਹੋ ਚੁੱਕੇ ਹੋ ਕਮਾਉਣ ਜੋਗੇ ਹੋ ਚੁੱਕੇ ਹੋ ਤੇ ਹੁਣ ਕੀ ਉਸ ਪਰਿਵਾਰ ਦਾ ਨਜ਼ਰੀਆ ਜਾਂ ਤੁਹਾਡੇ ਪ੍ਰਤੀ ਰਵਈਆ ਬਦਲਿਆ ਹੈ ਜਾਂ ਨਹੀਂ ਹਾਂ ਮੇਰੇ ਸਹੁਰੇ ਪਰਿਵਾਰ ਦਾ ਨਜ਼ਰੀਆ ਮੇਰੇ ਲਈ ਬਹੁਤ ਵਧੀਆ ਹੋ ਗਿਆ ਸਾਰੇ ਹੁਣ ਵਧੀਆ ਮਿਲਣਾ ਚੱਲਦੇ ਆ ਦਾ ਜ਼ਮੀਨ ਦਾ ਕਿਸ ਚੱਲਦਾ ਪਿਆ ਅੱਛਾ ਔਰ ਗੱਡੀ ਚਲਾਉਣ ਦੇ ਵਿੱਚ ਉਹ ਵੀ ਮੇਰੇ ਲਈ ਇੱਕ ਬਹੁਤ ਵੱਡੀ ਮੁਸੀਬਤ ਬਣੀ ਸੀ ਉਹ ਕਿਸ ਤਰ੍ਹਾਂ ਜਿਸ ਤਰ੍ਹਾਂ ਰਾਤ ਨੂੰ ਮੈਂ ਗੱਡੀ ਚਲਾਨੀ ਹੈ ਉਹਨਾਂ ਨੇ ਮੇਰਾ ਫੋਨ ਆਪਣੇ ਫੋਨ ਦੇ ਨਾਲ ਅਟੈਚ ਕਰਾਤਾ ਉਹ ਪਤਾ ਲੱਗ ਜਾਣਾ ਕਿ ਕਿੱਧਰ ਨੂੰ ਚੱਲੀ ਹੈ ਉਧਰ ਨੂੰ ਉਹਨਾਂ ਨੇ ਬੰਦੇ ਪਵਾ ਦੇਣੇ ਕਰਨੇ ਮੇਨਾਂ ਅੱਛਾ ਕਿਤੇ ਵੀ ਜਾਣਾ ਗੱਡੀ ਮੇਰੀ ਰੋਕ ਦੇਣੀ ਬੰਦੇ ਪੈ ਜਾਣੇ ਰਸਤੇ ਵਿੱਚ ਉਧਰ ਗੱਡੀ ਵਿੱਚ ਡੈੱਡ ਬੋਡੀ ਹੋਣੀ ਉਧਰ ਨੂੰ ਬੰਦੇ ਪੈ ਜਾਣੇ ਗੱਡੀ ਨੂੰ ਫਿਰ ਉਸ ਵੇਲੇ ਇੱਕ ਪਰਮਾਤਮਾ ਨੂੰ ਯਾਦ ਕਰਕੇ ਮੈਂ ਗੱਡੀ ਚਲਾਨੀ ਹੈ ਕੀ ਬਾਤ ਹੈ ਜੇ ਮੇਰੇ ਕੀ ਤਜਰਬਾ ਇਨਸਾਨ ਕੋ ਗਲਤ ਫੈਸਲੋں ਸੇ ਬਚਾਤਾ ਹੈ ਤੋ ਤਜਰਬਾ ਇਨਸਾਨ ਕੋ ਗਲਤ ਫੈਸਲੋں ਸੇ ਬਚਾਤਾ ਹੈ ਮਗਰ ਇਹ ਵੀ ਸਚ ਹੈ ਕਿ ਤਜਰਬਾ ਗਲਤ ਫੈਸਲੋں ਸੇ ਹੀ ਆਤਾ ਹੈ ਸੋ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਝੇਲ ਚੁੱਕੇ ਨੇ ਕਿ 15 ਸਾਲ ਦੀ ਉਮਰ ਦੇ ਵਿੱਚ ਵਿਆਹ ਹੋਇਆ ਫਿਰ ਉਸ ਤੋਂ ਬਾਅਦ ਸ਼ੈਦ ਖਾਨ ਪਿੰਡ ਲਈ ਵੀ ਬੀਨੂ ਤੁਸੀਂ ਮੈਨੂੰ ਦੱਸਿਆ ਸੀ ਵਾਰ ਕਿ ਮੈਨੂੰ ਨਹੀਂ ਸੀ ਦਿੰਦੇ ਹੁੰਦੇ ਸ਼ੁਰੂਆਤ ਆ ਹਾਂਜੀ ਜਿਸ ਤਰ੍ਹਾਂ ਮੇਰੀ ਸੱਸ ਨੇ ਦੁੱਧ ਗਰਮ ਕਰਨਾ ਹੂੰ ਆਪਣੇ ਬੱਚਿਆਂ ਨੂੰ ਦੇ ਦੇਣਾ ਤਾਂ ਮੈਨੂੰ ਕਹਿਣਾ ਤੈਨੂੰ ਦੁੱਧ ਕਹੀ ਦਈਏ ਤੂੰ ਕਬੱਡੀ ਥੋੜੀ ਖੇਡਣੀ ਜਾ ਕੇ ਤੈਨੂੰ ਦੁੱਧ ਦਈਏ ਕਰੀਏ ਤੇ ਮਨ ਲੱਗੇ ਤੁਸੀਂ ਜਹਾਨ ਦੀਆਂ ਸੜਕਾਂ ਨਾਪਦੇ ਪਈਓ ਇਸ ਵਕਤ ਤੇ ਕਿਹ ਮੈਂ ਇਸ ਵੇਲੇ ਮੈਂ ਕਿਹੜਾ ਏਰੀਆ ਜਿੱਥੇ ਨਹੀਂ ਬੰਬੇ ਤੱਕ ਸਾਮ ਬਿਹਾਰ ਨੇਪਾਲ ਰਾਜਸਥਾਨ ਹਰ ਇੱਕ ਜਗ੍ਹਾ ਮੈਂ ਜਾ ਕੇ ਆਈ ਹਾਂ ਤੇ ਤੁਸੀਂ ਕੱਲੇ ਜਾਂਦੇ ਹੋ ਮੈਂ ਪਹਿਲਾਂ ਮੇਰਾ 15 ਸਾਲ ਦਾ ਬੇਟਾ ਸੀ ਉਹਨੂੰ ਨਾਲ ਲੈ ਕੇ ਜਾਂਦੀ ਸੀ ਸਾਨੂੰ ਦੋਨਾਂ ਨੂੰ ਮਾਂ ਪੁੱਤਾਂ ਨੂੰ ਜਦੋਂ ਰਾਤ ਨੂੰ ਨੀਂਦ ਆਇਆ ਕਰਨੀ ਨਾ ਸਾਨੂੰ ਇਹ ਹੋਣਾ ਕਿ ਅਸੀਂ ਜਾਣਾ ਹੈ ਪਹੁੰਚਣਾ ਵਾਪਸੀ ਕਿਤੇ ਅਸੀਂ ਰੁਕਣਾ ਨਹੀਂ ਪੇਸ਼ੰਤ ਹੁੰਦਾ ਸੀ ਬੋਡੀ ਨਾਲ ਹੁੰਦੀ ਸੀ ਉਹਨਾਂ ਨੂੰ ਅਸੀਂ ਲਾ ਦੇਣਾ ਵਾਪਸੀ ਅਸੀਂ ਇਕੱਲਿਆਂ ਨੇ ਹੋਣਾ ਕਰਨਾ ਜਦੋਂ ਅਸੀਂ ਆਉਣਾ ਕਰਨਾ ਤੇ ਮੇਰੇ ਬੇਟੇ ਨੇ ਕਹਿਣਾ ਮम्मा ਨੀਂਦੋਂਦੀ ਮੈਨੂੰ ਕਹਿਣਾ ਤੂੰ ਸੋ ਜਾ ਮੈਂ ਕੁਰਕਰੀਆਂ ਦਾ ਪੈਕੇਟ ਲੈਣਾ ਕਰਨਾ ਉਹ ਹੱਥ ਤੇ ਲਾਣੇ ਕਰਨੇ ਅੱਖਾਂ ਨੂੰ ਲਾਣੇ ਕਿ ਮਿਰਚਾਂ ਲੱਗਣ ਤਾਂ ਮੈਨੂੰ ਨੀਂਦ ਨਾ ਆਵੇ ਕਿੰਨਾ ਮੈਂ ਗੱਡੀ ਚਲਾਨੀ ਹੈ ਜਾਨੀ ਕਿ ਮੈਂ ਪਹੁੰਚਣਾ ਹੈ ਫਿਰ ਬੇਟੇ ਨੇ ਉੱਠਣਾ ਉਹਨੂੰ ਮੈਂ ਸਵਾ ਦੇਣਾ ਕਰਨਾ ਫਿਰ ਉਹਨੇ ਉੱਠਣਾ ਫੇ ਮੈਂ ਸੌਣਾ ਕਰਨਾ ਮਤਲਬ ਕਿ ਅਸੀਂ ਗੱਡੀ ਰੋਕਣੀ ਨਹੀਂ ਕਿਤੇ ਸਿਰਫ ਤੇਲ ਪਵਾਉਣ ਵਾਸਤੇ ਗੱਡੀ ਰੋਕਣੀ ਹੈ ਔਰ ਅਸੀਂ ਰੋਟੀ ਵੀ ਨਹੀਂ ਖਾਣੀ ਕਿਤੇ ਵੀ ਸਾਨੂੰ ਰੋਟੀ ਖਾਣ ਨਾਲ ਨੀਂਦ ਆਏਗੀ ਸਿਰਫ ਚਾਹ ਪੀਣੀ ਤੇ ਜਾਂ ਕੁਝ ਓਦਾਂ ਚੀਜ਼ ਲੈ ਕੇ ਖਾ ਲੈਣੀ ਅਸੀਂ ਰੋਟੀ ਨਹੀਂ ਖਾਣੀ ਦਾ ਬਚਨ ਮੈਮ ਇੱਕ ਇਨਸਪੀਰੇਸ਼ਨ ਨੇ ਤੁਸੀਂ ਵੀ ਇੱਕ ਇਨਸਪੀਰੇਸ਼ਨ ਹੋ ਸਾਡੀ ਪੂਰੀ ਸੁਸਾਇਟੀ ਦੀਆਂ ਇਹਨਾਂ ਫੀਮੇਲਸ ਵਾਸਤੇ ਕਿ ਡਰ ਨਹੀਂ ਜਾਈਦਾ ਮੈਂ ਉਹ ਵੇਖ ਫਾਰੀਆਂ ਕਿ ਉਧਰ ਇੱਕ ਬੱਚੀ ਹੈ ਉਹ ਰੋ ਵੀ ਰਹੀ ਹੈ ਕਿਉਂਕਿ ਉਹਨੂੰ ਸ਼ਾਇਦ ਇਹ ਸਟੋਰੀ ਸੁਣ ਕੇ ਦੁੱਖ ਲੱਗਾ ਜਾਂ ਫਿਰ ਉਹਨੂੰ ਕੁਝ ਸਿੱਖਣ ਨੂੰ ਮਿਲਿਆ ਕਈ ਗੱਲਾਂ ਹੋ ਸਕਦੀਆਂ ਨੇ ਪਰ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਮੈਂ ਲੋਕੀ ਕਹਿੰਦੇ ਨੇ ਇੱਕ ਮੁਲਾਜ਼ਮ ਉਹਨੂੰ ਬਚਣਾ ਚਾਹੀਦਾ ਔਰ ਇਹ ਕੋਈ ਵੀ ਬੰਦਾ ਸੇਫ ਨਹੀਂ ਹੈਗਾ ਮੇਰੇ ਨਾਲ ਉਹਨਾਂ ਵੀ ਇਦਾਂ ਨਹੀਂ ਹਰਕਤਾਂ ਕੀਤੀਆਂ ਕਿ ਮੈਂ ਕਹਿ ਨਹੀਂ ਸਕਦੀ ਮੈਂ ਉਹਨਾਂ ਤੋਂ ਵੀ ਬਚੀ ਆ ਖੁਦ ਉਹ ਵੀ ਰਾਤ ਨੂੰ 1:3 2:2 ਵਜੇ ਬਰਸਾਤ ਦੇ ਵਿੱਚ ਮੈਂ ਉਹਨਾਂ ਤੋਂ ਵੀ ਬਚੀ ਆ ਔਰ ਮੈਂ ਉਹਨਾਂ ਨੂੰ ਥੱਪੜਾਂ ਨਾਲ ਕੁੱਟਦੀ ਹੁੰਦੀ ਸੀ ਮੈਂ ਸੱਚ ਕਹਿੰਨੀ ਆ ਤੁਹਾਨੂੰ ਪਹਿਲਾਂ ਮੈਂ ਮੈਂ ਪਹਿਲਾਂ ਖਾਂਦੀ ਹੁੰਦੀ ਸੀ ਅੱਜ ਮੈਂ ਮਾਰਨੀ ਆ ਮਤਲਬ ਕਿ ਹੁਣ ਇੱਕ ਸਟਰੋਂਗ ਔਮਨ ਬਣ ਚੁੱਕੇ ਨੇ ਹੁਣ ਇੱਕ ਉਹ ਔਰਤ ਬਣ ਚੁੱਕੇ ਨੇ ਜੋ ਕਿ ਸਾਡੇ ਸਾਰਿਆਂ ਵਾਸਤੇ ਇਨਸਪੀਰੇਸ਼ਨ ਹੈ ਕਿਆ ਬਾਤ ਹੈ ਬਹੁਤ ਖੂਬ ਮਨਜੀਤ ਕੌਰ ਜੀ ਤੁਹਾਡਾ ਨਗਰ ਅੱਗੇ ਮੈਂ ਇੱਕ ਕਹਿਣਾ ਚਾਹਾਂਗੀ ਜਿਸ ਤਰ੍ਹਾਂ ਅੱਗੇ ਮੈਨੂੰ ਬੰਦਿਆਂ ਨਾਲ ਗੱਲ ਕਰਨ ਲੱਗੇ ਮੈਨੂੰ ਡਰ ਲੱਗਦਾ ਹੁੰਦਾ ਸੀ ਕਿ ਮੈਂ ਗੱਲ ਕਰਾਂਗੀ ਜਾਂ ਮੈਨੂੰ ਕੋਈ ਵੇਖੇਗਾ ਕਹਿਣਾ ਯਾ ਇਹ ਜਨਾਨੀ ਬੰਦਿਆਂ ਨਾਲ ਗੱਲਾਂ ਕਰਦੀ ਹੈ ਪਰ ਨਹੀਂ ਬੰਦਾ ਉਹੀ ਇਨਸਾਨ ਹੀ ਕੋ ਖਾ ਥੋੜੀ ਜਾਂਦਾ ਕਿਸੇ ਨੂੰ ਜੀ ਹਰ ਕਿਸੇ ਨਾਲ ਬਿਲਕੁਲ ਕੇ ਰਵੋ ਕੋਈ ਉਦਾਂ ਦੀ ਗੱਲ ਨਹੀਂ ਹੁੰਦੀ ਅੱਜ ਮੈਂ ਬੰਦਿਆਂ ਦੇ ਵਿੱਚ ਜਿਆਦਾ ਬੰਦਿਆਂ ਚ ਰਹਿੰਦੀਆਂ ਜਨਾਨੀਆਂ ਜੇ ਤਾਂ ਮੈਨੂੰ ਬਹੁਤ ਘੱਟ ਟਾਈਮ ਮਿਲਦਾ ਬੰਦਾ ਮਤਲਬ ਕਿ ਤੁਸੀਂ ਬੈਠ ਕੇ ਤੇ ਸਵੈਟਰਾਂ ਨਹੀਂ ਬੁੰਦੇ ਐ ਐਂਬੂਲੈਂਸ ਚ ਚਲਾਉਂਦੇ ਮੈਂ ਐਂਬੂਲੈਂਸ ਹੀ ਚਲਾਨੀ ਆ ਮੈਂ ਜਾਂਦੇ ਆ ਲੋਕਾਂ ਨੂੰ ਇੱਧਰ ਦਾ ਕਰਦੀ ਜਾਨੀ ਆ ਮੈਂ ਕਦੀ ਇਦਾਂ ਨਹੀਂ ਕਰਕੇ ਨੰਗੀ ਕਿਸੇ ਬਾਲ ਕੀ ਬਾਤ ਹੈ ਬਹੁਤ ਆਈ ਇਹ ਸਟੋਰੀ ਸੀ ਮਨਜੀਤ ਕੌਰ ਜੀ ਦੀ ਜਿਨ੍ਹਾਂ ਨੇ ਆਪਣੇ ਸੁਪਨਿਆਂ ਦੀ ਉਡਾਨ ਕਿਸ ਤਰ੍ਹਾਂ ਦੇ ਨਾਲ ਭਰੀਏ ਤੁਸੀਂ ਸਾਰਿਆਂ ਨੇ ਤੇ ਸੁਣ ਲਿਆ ਜੀ ਹੁਣ ਵਾਰੀ ਹੈ ਮੈਡਮ ਬੀਨਾ ਸ਼ਰਮਾ ਦੀ ਜਿਹੜੇ ਕੀ ਸ੍ਰਿਕਾ ਜੀ ਜੀ ਐਸ ਐਸ ਐਮ ਸੈਲਫ ਹੈਲਪ ਗਰੁੱਪ ਚਲਾ ਰਹੇ ਨੇ ਤੇ ਇਸ ਗਰੁੱਪ ਦੇ ਵਿੱਚ ਕੀ ਕੀਤਾ ਜਾਂਦਾ ਉਹ ਮੈਂ ਤੁਹਾਨੂੰ ਇਹਨਾਂ ਦੀ ਜ਼ੁਬਾਨੀ ਹੀ ਸੁਣਾਉਣੀ ਆ ਬਹੁਤ ਖਾਸ ਗਰੁੱਪ ਹੈ ਇਹ ਕਿਉਂਕਿ ਇਸ ਦੇ ਵਿੱਚ ਵਿਡੋ ਲੇਡੀਜ਼ ਤੇ ਉਹ ਔਰਤਾਂ ਜਿਨ੍ਹਾਂ ਦੇ ਘਰ ਵਾਲੇ ਕੋਈ ਕੰਮ ਨਹੀਂ ਕਰਦੇ ਜਾਂ ਇਸੇ ਤਰ੍ਹਾਂ ਦੇ ਹਾਲਾਤ ਜਿਹੋ ਜੇ ਮਨਜੀਤ ਕੌਰ ਜੀ ਨੇ ਵੇਖੇ ਨੇ ਇਹੋ ਜਿਹੇ ਹਾਲਾਤਾਂ ਦਾ ਉਹ ਔਰਤਾਂ ਸਾਹਮਣਾ ਕਰ ਰਹੀਆਂ ਨੇ ਇਹ ਉਹਨਾਂ ਨੂੰ ਸਟਰੋਂਗ ਬਣਾ ਰਹੇ ਨੇ ਫਾਈਨੈਂਸ਼ੀਅਲੀ ਸਟਰੋਂਗ ਬਣਾ ਰਹੇ ਨੇ ਕਿਉਂਕਿ ਉਹ ਪੈਸੇ ਦਾ ਪੈਸੇ ਦੇ ਬਿਨਾ ਜੀਵਨ ਨਹੀਂ ਜੀਆ ਜਾ ਸਕਦਾ ਇਹ ਸਾਡੀ ਸਭ ਤੋਂ ਅਹਿਮ ਜ਼ਰੂਰਤ ਹੈ ਤੇ ਉਹ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਜੋ ਹੈਲਪ ਕੀਤੀ ਹੈ ਜੋ ਇਨੀਸ਼ੀਏਟਿਵ ਹੈ ਉਹ ਹੈ ਬੀਨਾ ਸ਼ਰਮਾ ਜੀ ਦਾ ਇੱਕ ਵਾਰ ਜ਼ੋਰਦਾਰ ਤਾਲੀਆਂ ਬੱਜਾ ਸਾਡੇ ਲੱਕੇ ਵਿੱਚ ਜਿਹੜੀ ਔਰਤ ਹੈ ਉਹਨੂੰ ਕਮਾਈ ਦਾ ਕੋਈ ਸਾਧਨ ਨਹੀਂ ਹੈ ਇਹਨਾਂ ਗੱਲਾਂ ਨੂੰ ਵੇਖਦੇ ਹੋਏ ਅਸੀਂ ਇੱਕ ਪਿੰਡ ਰਾਮਗੜ੍ਹ ਸਿਕਰੀ ਬਲੋਕ ਤਲਵਾੜਾ ਵਿੱਚ ਛੋਟਾ ਜਿਹਾ ਐਸਐਸਐਮ ਸੈਲਫ ਹੈਲਪ ਗਰੁੱਪ ਤਿਆਰ ਕੀਤਾ ਜਿਸ ਵਿੱਚ ਪਹਿਲੇ ਸ਼ੁਰੂ ਤੋਂ 10 ਲੇਡੀਆਂ ਨੇ ਇਕੱਠੇ ਹੋ ਕੇ ਕੰਮ ਸ਼ੁਰੂ ਕੀਤਾ ਅਸੀਂ ਆਚਾਰ ਮਰਬੇ ਚਟਨੀਆਂ ਜੂਸ ਜੈਮ ਲੇਡੀਆਂ ਇਹ ਕੰਮ ਕਰਦੀਆਂ ਸਾਰੀਆਂ 10 ਲੇਡੀਆਂ ਇਸ ਤੋਂ ਬਾਅਦ ਫਿਰ ਮੈਂ ਪਿੰਡਾਂ ਵਿੱਚ ਗਈ ਕੁਝ ਲੋਕਾਂ ਨੇ ਲੇਡੀਆਂ ਨੂੰ ਕੰਮ ਕਰਨ ਵਾਸਤੇ ਭੇਜਣ ਤੋਂ ਇਨਕਾਰ ਕਰਨਾ ਕਿ ਸਾਡੀਆਂ ਲੇਡੀਆਂ ਜਿਹੜੀਆਂ ਘਰੋਂ ਬਾਹਰ ਨਹੀਂ ਨਿਕਲਦੀਆਂ ਫਿਰ ਉਹਨਾਂ ਨਾਲ ਗੱਲਬਾਤ ਹੋਈ ਤੇ ਲੇਡੀਜ਼ ਬਾਹਰ ਕਿਉਂ ਨਹੀਂ ਨਿਕਲੇਗੀ ਜੇ ਕਿਸੇ ਨੂੰ ਮਜਬੂਰੀ ਹੈ ਘਰ ਵਿੱਚ ਉਹਨੂੰ ਕੋਈ ਖਾਣ ਮਤਲਬ ਖਰਚਣ ਵਾਸਤੇ ਪੈਸਾ ਨਹੀਂ ਮਿਲਦਾ ਤੇ ਲੇਡੀਜ਼ ਆਪੇ ਕੰਮ ਕਰੇਗੀ ਤਰਹੀਂ ਉਹ ਕੁਝ ਨਾ ਕੁਝ ਕਮਾ ਸਕੇਗੀ ਤੇ ਬੱਚਿਆਂ ਨੂੰ ਪਾਲ ਸਕੇਗੀ ਜਿਸ ਕਰਕੇ ਅਸੀਂ ਇਹ ਗਰੁੱਪ ਸ਼ੁਰੂ ਕੀਤਾ ਸੀ ਜੀ ਅ ਐਸਐਸਐਮ ਹੈਲਪ ਗਰੁੱਪ ਜਿਹੜਾ ਤੁਹਾਡਾ ਤੁਸੀਂ ਸ਼ੁਰੂ ਕੀਤਾ ਇਹ ਕੋਈ ਇਨਸਪੀਰੇਸ਼ਨ ਕਿਧਰੋਂ ਮਿਲੀ ਤੇ ਸਿਰਫ achar murabbe chatniyan ਇਹ ਸਭ ਬਣਾ ਕੇ ਮਾਰਕੀਟ ਦੇ ਵਿੱਚ ਤੁਸੀਂ ਲੈ ਕੇ ਜਾਂਦੇ ਹੋ ਸਭ ਕੁਝ ਹੁੰਦਾ ਉਹ ਬਾਤ ਦਾ ਪਰਸੇ ਲੇਕਿਨ ਸ਼ੁਰੂਆਤ ਕਿਦਰੋਂ ਦੀ ਹੋਈ ਸੀ ਕਿ ਤੁਸੀਂ ਸੋਚਿਆ ਕਿ ਮੈਂ ਵੀ ਇਹ ਸ਼ੁਰੂ ਕਰਾਂ ਕਿ ਤੁਹਾਨੂੰ ਵੀ ਘਰ ਦੇ ਵਿੱਚ ਕੋਈ ਪਰੇਸ਼ਾਨੀ ਸੀ ਇਦਾਂ ਨਹੀਂ ਮੈਡਮ ਜੀ ਅਸੀਂ ਦਿੱਲੀ ਗਏ ਸੀ ਸਾਨੂੰ ਜੰਗਲਾਤ ਵਾਲੇ ਲੈ ਕੇ ਗਏ ਸੀ ਸਵਾਈ ਲਾਲੇ ਵੀ ਤੇ ਅਸੀਂ ਉੱਥੇ ਦੇਖਿਆ ਮੈਂ ਲੇਡੀਜ਼ ਬਹੁਤ ਦੂਰੋਂ ਦੂਰੋਂ ਆਈਆਂ ਸੀ ਕਿਸੇ ਨੇ ਕੋਈ ਮਤਲਬ ਮਾਲਾ ਵਗੈਰਾ ਬਣਾਈ ਹੋਈ ਸੀ ਕਈਆਂ ਨੇ ਕੱਪੜਿਆਂ ਦਾ ਕੰਮ ਕੀਤਾ ਹੋਇਆ ਸੀ ਕਈਆਂ ਨੇ achar ਮਰਬੇ ਰੱਖੇ ਹੋਏ ਸੀ ਤੇ ਮੈਂ ਕਿਹਾ ਕਿਉਂ ਨਾ ਅਸੀਂ ਵੀ ਆਪਣੇ ਏਰੀਆ ਵਿੱਚ ਕੋਈ ਇਦਾਂ ਦਾ ਕੰਮ ਕਰੀਏ ਮੇਰੇ ਅੰਦਰ ਵੀ ਇੱਕ ਉਤਸ਼ਾਹ ਸੀ ਕਿ ਮੈਂ ਵੀ ਇਦਾਂ ਦੀ ਲੇਡੀ ਬਣਾ ਕਿ ਜਿਹਦਾ ਵੀ ਕਦੀ ਨਾਂ ਹੋਵੇ ਤੇ ਜਿਹੜੀਆਂ ਬੇਰੋਜ਼ਗਾਰ ਲੇਡੀਜ਼ ਨੂੰ ਉਹਨਾਂ ਨੂੰ ਵੀ ਮੈਂ ਆਪਣਾ ਪਰਿਵਾਰ ਸਮਝ ਕੇ ਆਪਣੇ ਨਾਲ ਉਹਨਾਂ ਨੂੰ ਮੋਢੇ ਨਾਲ ਮੋਢਾ ਲਾ ਕੇ ਤੋਰਾਂ ਕਿ ਵੀਨਾ ਜੀ ਕਿਉਂਕਿ ਜਿਹੜਾ ਤੁਹਾਡਾ ਇਹ ਗਰੁੱਪ ਹੈ ਹੁਣ ਇਹ ਅੱਜ ਵੀ 10 ਲੇਡੀਜ਼ ਦਾ ਹੀ ਗਰੁੱਪ ਹੈ ਜਾਂ ਫਿਰ ਇੱਕ ਵੱਡਾ ਗਰੁੱਪ ਹੈ ਨਹੀਂ ਮੈਡਮ ਜੀ ਇਹਦੇ ਵਿੱਚ ਇਸ ਟਾਈਮ 30 ਗਰੁੱਪ 300 ਲੇਡੀਜ਼ ਸਾਡੇ ਨਾਲ ਜੁਆਇੰਟ ਹੈ ਗਈ ਹੈ ਤੇ ਇਹਨਾਂ ਔਰਤਾਂ ਨੂੰ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇਹਨੂੰ ਰੋਜ਼ਗਾਰ ਦੀ ਜ਼ਰੂਰਤ ਹੈ ਕੋਈ ਐਡਵਰਟਾਈਜ਼ਮੈਂਟ ਕਰਦੇ ਹੋ ਤੁਸੀਂ ਜਾਂ ਨਹੀਂ ਮੈਡਮ ਜੀ ਅਸੀਂ ਪਿੰਡਾਂ 'ਚ ਜਾਂਦੇ ਹਾਂ ਅੱਛਾ ਮੇਰਾ ਇਹ ਗਰੁੱਪ ਸੈਲਫ ਹੈਲਪ ਗਰੁੱਪ ਵੀ ਬਣਾਉਂਦੇ ਆ ਅਸੀਂ ਪਿੰਡਾਂ ਵਿੱਚ ਜਾ ਕੇ ਤੇ ਜਿਹੜੇ ਸਾਡੇ 30 ਗਰੁੱਪ ਹੈਗੇ ਆ ਉਹਨਾਂ ਨੂੰ ਅਸੀਂ ਜਿੱਦਾਂ ਕੋਈ ਆਂਬਲੇ ਇਕੱਠੇ ਕਰਕੇ ਲਿਆਂਦਾ ਹੈ ਕੋਈ ਨਿੰਬੂ ਇਕੱਠੇ ਕਰਕੇ ਲਿਆਂਦਾ ਅਲੱਗ-ਅਲੱਗ ਗਰੁੱਪਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ। ਅੱਛਾ ਕੋਈ ਗਲਗਲ ਵਗੈਰਾ ਲਿਆਂਦਾ ਹੈ ਤੇ ਇਸ ਕਰਕੇ ਉਹ ਗਰੁੱਪ ਜਿਹੜੇ ਹੈਗੇ ਉਹਨਾਂ ਚੋਂ ਪਤਾ ਲੱਗਦਾ ਕਿ ਕਿਹੜੀਆਂ ਲੇਡੀਜ਼ ਕੋਈ ਵਿਡੋ ਲੇਡੀਜ਼ ਹੈਗੀਆਂ ਕਈਆਂ ਦੇ ਘਰ ਵਾਲੇ ਸ਼ਰਾਬੀ ਹੈਗੇ ਆ ਉਹਨਾਂ ਨੂੰ ਮਾਰਦੇ ਕੁੱਟਦੇ ਆ ਤਾਂ ਇਸ ਕਰਕੇ ਇਹਨਾਂ ਲੇਡੀਜ਼ ਨੂੰ ਮੋਢੇ ਨਾਲ ਮੋਢਾ ਲਾ ਕੇ ਹੱਥ ਫੜ ਕੇ ਮੈਂ ਆਪਣੇ ਨਾਲ ਚਲਾਇਆ। ਵਾਹ! ਕੀ ਬਾਤ ਹੈ। ਤੇ ਕੀ ਕਦੀ ਐਦਾਂ ਵੀ ਹੋਇਆ ਕਿ ਕਿਉਂਕਿ ਕਈ ਤੁਸੀਂ ਦੱਸਿਆ ਕਿ ਇਹਨਾਂ ਦੇ ਹਸਬੰਡ ਸ਼ਰਾਬ ਪੀਂਦੇ ਨੇ ਜਾਂ ਮਾਰਕੁੱਟ ਕਰਦੇ ਆ ਇਹੋ ਜਿਹੇ ਲੋਕ ਕਈ ਕਦੀ ਐਦਾਂ ਵੀ ਹੋਇਆ ਕਿ ਉਸ ਜਗ੍ਹਾ ਦੇ ਉੱਤੇ ਵੀ ਕੋਈ ਆਦਮੀ ਆ ਗਏ ਹੋਣ ਤੇ ਆਪਣੀ ਵਾਈਫ ਨੂੰ ਕਹਿਣ ਕਿ ਚੱਲੋ ਵਾਪਸ ਹਾਂਜੀ ਐਦਾਂ ਵੀ ਹੋਇਆ ਕਾਫੀ ਆਂਦੇ ਮੈਡਮ ਜੀ ਲੇਕਿਨ ਉਹਨਾਂ ਨੂੰ ਸਮਝਾਇਆ ਜਾਂਦਾ ਹੈ ਕਿ ਹੁਣ ਜਿਹੜੀ ਲੇਡੀਜ਼ ਹੈ ਸੈਲਫ ਡਿਪੈਂਡ ਹੈ ਅਪ ਕੁਮਾਰੀ ਹੈ ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ ਹੁਣ ਜੇ ਤੁਸੀਂ ਇਹਨੂੰ ਪਹਿਲੇ ਕੀਤਾ ਇਹਦੇ ਨਾਲ ਉਹ ਵੀ ਤੋਂ ਮਤਲਬ ਕਾਫੀ ਅੱਗੇ ਲੰਘ ਚੁੱਕੀ ਹੈ ਜੀ ਹਾਂਜੀ ਅ ਇਹ ਗਰੁੱਪ ਜਿਹੜਾ ਹੈ ਇਹ ਸਿਰਫ ਪੰਜਾਬ ਦੇ ਵਿੱਚ ਹੈ ਜਾਂ ਫਿਰ ਇਸ ਤੋਂ ਵੀ ਬਾਹਰ ਜਾ ਕੇ ਪੰਜਾਬ ਵਿੱਚ ਵੀ ਹੈਗਾ ਜੀ ਸਾਰੇ ਜਿਹੜਾ ਸੀ ਸਮਾਨ ਮੈਡਮ ਜੀ ਤਿਆਰ ਕਰਦੇ ਆ ਉਹ ਸਾਰੇ ਜਾਂਦਾ ਹੈਗਾ ਜਿੱਦਾਂ ਰਾਜਸਥਾਨ ਤੱਕ ਸਾਡਾ ਸਮਾਨ ਜਾਂਦਾ ਡਿਸਟ੍ਰਿਕਟ ਸ਼ਿਆਰਪੁਰ ਵਿੱਚ ਵੀ ਇਧਰ ਬਟਾਲਾ ਵਗੈਰਾ ਵੀ ਸਾਰੇ ਸਮਾਨ ਜਾਂਦਾ ਲੇਡੀਜ਼ ਨੇ ਖੂਬ ਮਿਹਨਤ ਕੀਤੀ ਹੈ ਮਨ ਲਗਾ ਕੇ ਉਤਸ਼ਾਹ ਨਾਲ ਕੰਮ ਕੀਤਾ ਹੈ ਇਸ ਕਰਕੇ ਜਿਹੜਾ ਉਹਨਾਂ ਨੂੰ ਲੇਡੀਜ਼ ਨੂੰ ਹੌਸਲਾ ਬਲ ਬਧਾਈ ਔਰ ਬਹੁਤ ਰਿਸਪੌਂਸ ਇਹਨਾਂ ਨੂੰ ਪੈਣਾ ਭਰਾਵਾ ਵੱਲੋਂ ਮਿਲਦਾ ਹੈਗਾ ਜੀ ਹਾਂਜੀ ਤੇ ਜਿਹੜੀਆਂ ਲਈ ਇਹ ਮਾਰਕੀਟਿੰਗ ਹੈ ਲਾਈਕ ਲੋਕਾਂ ਤੱਕ ਉਸ ਬਣਾਏ ਹੋਏ ਸਮਾਨ ਨੂੰ ਪਹੁੰਚਾਉਣਾ ਇਹ ਕਦੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਤੁਹਾਨੂੰ ਮੈਡਮ ਜੀ ਜਿਸ ਟਾਈਮ ਅਸੀਂ ਗਰੁੱਪ ਸ਼ੁਰੂ ਕੀਤਾ ਸੀ ਨਾ ਉਸ ਟਾਈਮ ਤੇ ਬਹੁਤ ਹੀ ਮੁਸ਼ਕਲਾਂ ਔਕੜਾਂ ਆਈਆਂ ਸਾਨੂੰ ਹੁਣ ਜਿਹੜਾ ਟਾਈਮ ਚੱਲਦਾ ਪਿਆ ਹੈ ਲੇਡੀਜ਼ ਨੇ ਕਾਫੀ ਮਿਹਨਤ ਕਰਕੇ ਹੁਣ ਆਪ ਹੀ ਜਾਂਦੀਆਂ ਸਮਾਨ ਪਹੁੰਚਾ ਜਾਂਦੀਆਂ ਪੈਸੇ ਲੈਂਦੀਆਂ ਸਭ ਕੁਝ ਹਰ ਇੱਕ ਜੋ ਕੰਮ ਹੈ ਲੇਡੀਜ਼ ਹੀ ਕਰਦੀਆਂ ਵਾਹ ਕੀ ਬਾਤ ਹੈ ਤੇ ਜਿੱਦਾਂ ਹੁਣ ਤੁਹਾਡਾ ਗਰੁੱਪ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਤੇ ਤੁਹਾਨੂੰ ਕੀ ਗਵਰਨਮੈਂਟ ਵੱਲੋਂ ਵੀ ਕੋਈ ਹੈਲਪ ਮਿਲੀ ਹੈ ਮੈਡਮ ਜੀ ਪਹਿਲੇ ਤੇ ਅਸੀਂ ਕੰਮ ਹੱਥਾਂ ਨਾਲ ਹੀ ਕਰਦੇ ਸੀ ਜਿਹੜਾ ਅਸੀਂ ਸਮਾਨ ਬਣਾਉਂਦੇ ਸੀ ਇੱਕ ਵਾਰ ਅਸੀਂ ਦਿੱਲੀ ਗ੍ਰੀਨ ਹਾਰਟ ਵਿੱਚ ਗਏ ਸੀ ਉੱਥੇ ਸਾਡੀ ਅੱਗ ਵੀਸ਼ਨ ਲੱਗੀ ਸੀ ਜੀ ਉੱਥੇ ਜਿਹੜੀਆਂ ਸਾਡੀਆਂ ਚੀਜ਼ਾਂ ਸਾਰੀਆਂ ਆਰਗੇਨਿਕ ਪਾਈਆਂ ਗਈਆਂ ਸਾਨੂੰ ਫਰਸਟ ਪ੍ਰਾਈਜ਼ ਮਿਲਿਆ ਸਾਨੂੰ ਨਿਵਾਜਿਆ ਗਿਆ ਵਾਹ ਤੇ ਉਸ ਤੋਂ ਬਾਅਦ ਸਾਨੂੰ ਜਿਹੜਾ ਇਨਾਮ ਦੇ ਤੌਰ ਤੇ ਸਨ ਪੈਸੇ ਮਿਲੇ ਸੀ ਵਾਹ ਕਿੰਨਾ ਕੀ ਅਮਾਉਂਟ ਮਿਲਿਆ ਸੀ 1 ਕਰੋੜ 35 ਲੱਖ ਰੁਪਏ ਮਿਲੇ ਸੀ ਵਾਹ ਤੇ ਜਿਹੜੇ ਅਚਾਰ ਮੁਰੱਬੇ ਤੇ ਚਟਨੀਆਂ ਇਹ ਸਭ ਤੁਸੀਂ ਬਣਾਉਂਦੇ ਹੋ ਸਾਡੇ ਵਾਸਤੇ ਤੇ ਮੈਨੂੰ ਲੱਗਦਾ ਕਿ ਮੇਲੀ ਜਾਣਗੇ ਜਰੂਰ ਮੈਡਮ ਜੀ ਕਿਉਂ ਨਹੀਂ ਜੀ ਔਰ ਇਹ ਇਹ ਵੀ ਇੱਕ ਇਹ ਨਹੀਂ ਹੈ ਕਿ ਘਰ ਦੇ ਵਿੱਚ ਬੈਠੀਆਂ ਹੋਈਆਂ ਲੇਡੀਜ਼ ਕੁਝ ਕਰ ਨਹੀਂ ਸਕਦੀਆਂ ਇਹ ਇਹ ਵਿਨਾ ਸ਼ਰਮਾ ਜੀ ਜਿਨੇ ਉਹ ਮਿਸਾਲ ਨੇ ਉਹਨਾਂ ਔਰਤਾਂ ਵਾਸਤੇ ਜੋ ਘਰ ਦੇ ਅੰਦਰ ਬੈਠ ਕੇ ਕਈ ਵਾਰ ਆਪਣੇ ਆਪ ਨੂੰ ਬੇਬਸ ਹੈਲਪਲੈਸ ਮਹਿਸੂਸ ਕਰਦੀਆਂ ਜੇ ਤੁਹਾਡੇ ਕੋਲ ਕੋਈ ਵੀ ਹੁਨਰ ਹੈ ਉਸ ਹੁਨਰ ਨੂੰ ਦੁਨੀਆ ਦੇ ਸਾਹਮਣੇ ਕਿਸ ਤਰ੍ਹਾਂ ਦੇ ਨਾਲ ਲਿਆਣਾ ਹੈ ਤੁਹਾਨੂੰ ਸਿਰਫ ਕੁਝ ਦੇਰ ਲਈ ਸੋਚਣਾ ਹੈ ਕੁਝ ਲੋਕਾਂ ਦੀ ਸਲਾਹ ਲੈਣੀ ਹੈ ਪਰਿਵਾਰ ਦਾ ਸਾਥ ਮਿਲੇ ਤਾਂ ਵੀ ਠੀਕ ਜੇ ਨਾ ਮਿਲੇ ਤੇ ਆਪਣਾ ਹੱਥ ਜਗਨਨਾਥ ਇਹ ਬੜੀ ਪੁਰਾਣੀ ਗੱਲ ਹੈ ਸੋ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਇਹ ਸਾਨੂੰ ਬੀਨਾ ਸ਼ਰਮਾ ਜੀ ਨੇ ਦੱਸਿਆ ਕਿ ਹਾਊਸ ਵਾਈਫਸ ਜਿਹੜੀਆਂ ਹੁੰਦੀਆਂ ਨੇ ਉਹ ਵੀ ਕਿਸੇ ਤੋਂ ਘੱਟ ਨਹੀਂ ਐ ਸੋ ਇੱਕ ਵਾਰ 让我们 ਕਲਾਪ ਆਲ ਟੁਗੇਦਰ ਫॉर ਬੀਨਾ ਸ਼ਰਮਾ ਜੀ ਮੈਨੂੰ ਅੱਜ ਬਹੁਤ ਮਾਣ ਹੈ ਕਿ ਬਹੁਤ ਸਾਰੀਆਂ ਲੇਡੀਜ਼ ਮੇਰੇ ਨਾਲ ਨੇ ਮੈਨੂੰ ਘਰਦਿਆਂ ਦਾ ਸਹਿਯੋਗ ਸਾਸੂ ਮਾਂ ਦਾ ਸਹਿਯੋਗ ਮੇਰੇ ਪਤੀ ਦੇਵਦਾ ਦਾ ਸਹਿਯੋਗ ਅੱਜ ਜੋ ਹੈ ਮੈਂ ਸਾਰਿਆਂ ਦੀ ਬਦੌਲਤ ਇੱਥੇ ਤੁਹਾਡੇ ਸਾਹਮਣੇ ਐ ਔਰ ਬਹੁਤ ਖੁਸ਼ੀ ਦੀ ਗੱਲ ਇਹ ਹੈ ਕਿ ਜੋ ਅਸਨ ਇੱਥੇ ਬੁਲਾਇਆ ਗਿਆ ਮੈਂ ਉਹਨਾਂ ਦੀ ਬਹੁਤ ਧੰਨਵਾਦੀ ਜੀ ਨਾਨ ਵੀ ਬਹੁਤ ਖੁਸ਼ੀ ਹੋਈ ਕਿ ਤੁਸੀਂ ਲਾਈਫ ਦੇ ਅੰਦਰ ਇਕੱਲੇ ਹੀ ਸਕਸੈਸਫੁਲ ਨਹੀਂ ਹੋਏ ਹੋ ਆਪਣੇ ਨਾਲ ਬਹੁਤ ਸਾਰੀਆਂ ਔਰਤਾਂ ਨੂੰ ਵੀ ਤੁਸੀਂ ਕਾਮਯਾਬ ਬਣਾਇਆ ਤੇ ਬੜੀ ਖੁਸ਼ੀ ਹੋਈ ਔਰ ਦੇਖੋ ਘਰ ਤੋਂ ਬਾਹਰ ਹੁਣ ਆਪਾਂ ਜ਼ਰਾ ਚੱਲਦੇ ਆ ਵੈਸੇ ਘਰ ਦੇ ਅੰਦਰ ਤੇ ਬੀਲਣਾ ਹੱਥ ਵਿੱਚ ਫੜ ਕੇ ਤੇ ਰੋਟੀਆਂ ਬਣਾਉਣਾ ਆਟਾ ਗੁੰਨਾ ਭਾਂਡੇ ਮਾਂਜਣਾ ਇਹ ਹਰ ਇੱਕ ਔਰਤ ਨੂੰ ਕਰਨਾ ਹੀ ਪੈਂਦਾ ਹੈ ਇਕਾਈਆਂ ਦੀ ਜ਼ਰੂਰਤ ਹੈ ਤੇ ਕਈਆਂ ਨੂੰ ਮਜਬੂਰੀ ਦੇ ਵਿੱਚ ਕਰਨਾ ਪੈਂਦੇ ਤੇ ਕਈਆਂ ਦਾ ਇਹ ਸ਼ੌਕ ਹੁੰਦਾ ਹੈ ਲੇਕਿਨ ਉਸ ਸ਼ੌਂਕ ਤੋਂ ਇਲਾਵਾ ਵੀ ਕੋਈ ਇੱਕ ਇਹੋ ਜਿਹਾ ਸ਼ੌਂਕ ਹੈ ਜੋ ਦੁਨੀਆ ਦੇ ਸਾਹਮਣੇ ਆਇਆ ਇੱਕ ਤਸਵੀਰ ਦੇ ਰੂਪ ਦੇ ਵਿੱਚ ਤੇ ਉਹ ਤਸਵੀਰਾਂ ਉਕੇਰੀਆਂ ਕਾਗਜ਼ ਦੇ ਉੱਤੇ ਆਪਣੀ ਪੇਂਟਿੰਗ ਦੀ ਕਲਾ ਦੇ ਨਾਲ ਮੈਡਮ ਸਰਜੀਤ ਕੌਰ ਜੀ ਨੇ ਇੱਕ ਵਾਰ ਜ਼ੋਰ ਦਿੱਤਾ ਤੇ ਮਾਸੂਮ ਜਿਹਾ ਚਿਹਰਾ ਉਹ ਲਾ ਜੈ ਜੇਰਾ ਕਿਉਂਕਿ ਤੁਹਾਡੇ ਆਂਦੇ ਹੀ ਤੁਹਾਨੂੰ ਲਾਇਲਪੁਰ ਖਾਲਸਾ ਕਾਲਜ ਦੀਆਂ ਇਹਨਾਂ ਬੱਚੀਆਂ ਨੇ ਕੌਮਪਲੀਮੈਂਟ ਕੀਤਾ ਕਿ ਤੁਸੀਂ ਇੱਕ ਗੁੱਡੀ ਵਰਗੇ ਲੱਗਦੇ ਹੋ ਥੈਂਕ ਯੂ ਤੇ ਸਰਜੀਤ मैम ਤੁਸੀਂ ਕੀ ਦੱਸਣਾ ਚਾਹੋਗੇ ਆਪਣਾ ਐਕਸਪੀਰੀਅੰਸ ਦੱਸੋ ਪਹਿਲਾਂ ਤਾਂ ਇੱਕ ਮੈਂ ਹੋਰ ਚੀਜ਼ ਦੱਸ ਦਿਆਂ ਕਿ ਮੈਮ ਅ ਮੈਂ ਸਾਂਝਾ ਕਰਨਾ ਚਾਹਾਂਗੀ ਕਿ ਮਨਜੀਤ ਜੀ ਜੋ ਆਪਣੇ ਵਿਦਿਆ ਸੁਣਾਈ ਹੈ ਜੀ ਉਹ ਲੱਭੇ ਕੀ ਇੱਕ ਬੜੀ ਸਟਰੋਂਗ ਸਟੋਰੀ ਹੈ ਜੀ ਔਰ ਇੱਕ ਪੰਜਾਬ ਦੀ ਪਿਛੜੇ ਇਲਾਕੇ ਦੀ ਔਰ ਇੱਕ ਬੜੀ ਸਟਰੋਂਗ ਔਰ ਜਿਹੜੀ ਹੈਗੀ ਆ ਉਹ ਇੱਕ ਸੇਸ ਕਰ ਸਕਦੀ ਆ ਜੀ ਬਿਲਕੁਲ ਤੇ ਬਾਕੀ ਬਚਿੰਦ ਕੌਰ ਜੀ ਦੀਆਂ ਕਹਾਣੀਆਂ ਜਿਹੜੀਆਂ ਨੇ ਮੈਂ ਉਹ ਕਿਸੇ ਕੋਲੋਂ ਕਤਾਬ ਲੈ ਕੇ ਕਬੜੀ ਸੀ ਔਰ ਵਹੀ ਵੋ वेरी ਮਚ ਇੰਪ੍ਰੈਸਡ ਵਾਹ اور ਬਹੁਤ ਖੂਬਸੂਰਤ ਕਹਾਣੀਆਂ ਨੇ ਇਹਨਾਂ ਦੀਆਂ ਜਿਹੜੀਆਂ ਕਿ ਇਹਨਾਂ ਨੇ ਗੱਲ ਨਹੀਂ ਕੀਤੀ ਬਹੁਤ ਹੀ ਤੁ ਦਿਲ ਨੂੰ ਟੁੰਬਣ ਵਾਲੀਆਂ ਕਹਾਣੀਆਂ ਨੇ ਕਿ ਮੇਰੀ ਜਿਹੜਾ ਕਲਾ ਰਹੀ ਹੈ ਉਹ ਦ੍ਰਿਸ਼ਟੀ ਹੈ ਇਹ ਜੀ ਅੰਦਰ ਦੀ ਕਲਾ ਹੈ ਇਹ ਹਮਮ ਔਰ ਉਹ ਕਲਾ ਹੈ ਜਿਹੜੀ ਕਿ ਹਰ ਮਨੁੱਖ ਵਿੱਚ ਜਿਉਂਦੀ ਹੈ ਜੀ ਆਦਮੀ ਜਿਹੜਾ ਉਹ ਬਾਇ ਬਰਥ ਕ੍ਰੀਏਟਿਵ ਹੈ ਔਰ ਉਹ ਕ੍ਰिएशन ਨੂੰ ਕਿਸ ਤਰ੍ਹਾਂ ਅੱਗੇ ਲਿਆਉਣਾ ਹੈ ਇਹ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਮੈਂ ਛੋਟੀ ਹੁੰਦਿਆਂ ਤੋਂ ਹੀ ਮੇਰੇ ਮਨ ਵਿੱਚ ਬਿਲਕੁਲ ਕਲੀਅਰ ਸੀਗਾ ਕਿ ਮੈਂ ਕਲਾਕਾਰੀ ਬੰਨਾ ਹੈ ਮੇਰੀ ਫੈਮਲੀ ਬੜੀ ਆਰਥੋਡਾਕਸ ਸੀ ਪਰ ਉਹਨੇ ਛਾਲ ਦੀ ਔਰ ਉਸ ਪਰਿਵਾਰ ਦੇ ਵਿੱਚ ਇੱਕ ਫ੍ਰੀडम ਲਿਓਨ ਵਾਲੀ ਮੈਂ ਪਹਿਲੀ ਲੜਕੀ ਸੀ ਵਾਹ ਕੀ ਬਾਤ ਪੂਰੇ ਜਦੋਂ ਕਿ ਮੈਂ ਸੰਗਰੂਰ ਦੇ ਵਿੱਚ ਵੱਡੀ ਹੋਈਆਂ ਮੇਰਾ ਜਨਮ ਵੈਸਟ ਪਾਕਿਸਤਾਨ ਦਾ ਚੇਕੂਪੁਰਾ ਦਾ ਲੇਕਿਨ ਮੈਂ ਉਦੋਂ 3.5 ਸਾਲ ਦੀ ਸੀ ਲੇਕਿਨ ਇਥੇ ਆਖੀ ਸੰਗਰੂਰ ਦੇ ਵਿੱਚ ਹੀ ਮੇਰੀ ਐਜੂਕੇਸ਼ਨ ਹੋਈ ਹੈ ਔਰ ਐਜੂਕੇਸ਼ਨ ਨੇ ਜਿਹੜੋ ਕਿ ਮੇਰੇ ਬਾਕੀ ਸੇ ਅਸੀਂ 3 ਸਿਸਟਰ ਸੀ ਗਿਆ ਉਹਨਾਂ ਨੇ ਅ 8ਵੀਂ 8ਵੀਂ ਪਾਸ ਕਰਕੇ ਉਹਨਾਂ ਨੂੰ ਹਟਾ ਦਿੱਤਾ ਪਰ ਮੈਂ ਉਦੋਂ ਹੀ ਕਿਹਾ ਨਹੀਂ ਮੈਂ ਪੜਨਾ ਹੈ ਜੀ ਮੈਂ ਉਹਦੇ ਉਦੋਂ ਵੀ ਤਸਵੀਰਾਂ ਬਣਾਉਂਦੀ ਸੀ ਸਕੈਚ ਕਰਦੀ ਸੀ ਉਸ ਟਾਈਮ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਔਰ ਜਿੰਨੇ ਵੀ ਪੰਜਾਬੀ ਦੇ ਰਾਈਟਰ ਨੇ ਤਕਰੀਬਨ ਇੰਨਾ ਕੁ ਲਿਟਰੇਚਰ ਮੈਂ 10ਵੀਂ ਤੱਕ پڑھ ਚੁੱਕੀ ਸੀਗੀ ਕਿ ਮੈਨੂੰ ਮੈਂ ਇਸ ਕਰਕੇ ਪੜਨਾ ਚਾਹਦੀ ਸੀ ਕਿ ਮੈਂ ਜਾਣ ਸਕਾਂ ਵੀ ਇਹ ਕਿਸ ਕਿਸ ਟਾਰਟ ਦਾ ਲਿਖਦਾ ਹੈ ਇਹਦਾ ਹਾਈਟ ਕਿਸ ਲੈਵਲ ਦੀ ਹੈ ਜੀ ਔਰ ਇਹਦੇ ਨਾਲ-ਨਾਲ ਮੈਂ ਆਪਣੇ ਚਿੱਤਰ ਚਿੱਤਰ ਬਣਾਉਂਦੀ ਸੀ ਜੀ ਪੇਂਟਿੰਗ ਬਣਾਉਂਦੀ ਸੀ ਪਹਿਲੇ ਪੋਰਟਰੇਟ ਬਣਾਉਂਦੀ ਸੀ ਇਮੇਜਿਨੇਸ਼ਨ ਤੋਂ ਬਣਾਉਂਦੀ ਸੀ ਔਰ ਇਮੇਜਿਨੇਸ਼ਨ ਬਣਾ ਕੇ ਜਦੋਂ ਮੈਂ ਉਹਨਾਂ ਨੂੰ ਰੱਖਣਾ ਤਾਂ ਮੇਰੇ ਮਦਰ ਜਿਹੜੇ ਹੈਗੇ ਨੇ ਉਹਦੇ ਵਿੱਚ ਜੇ ਦੇਖਣਾ ਕਿ ਜੇ ਅਗਰ ਜੇ ਇੱਕ ਔਰਤ ਦੀ ਫਿਗਰ ਔਰ ਉਹਦੇ ਵਿੱਚ ਉਹਦੀ ਫਿਗਰ ਜਿਹੜੀ ਹੈਗੀ ਆ ਉਹ ਬੜੀ ਪ੍ਰੋਮਿਨੈਂਟਲੀ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਉਹ ਉਸ ਵੇਲੇ ਮੈਂ ਦੇਖਿਆ ਇੱਕ ਔਰੀ ਮੈਂ ਇੱਕ ਪੇਂਟਿੰਗ ਗਲਾਸ ਪੇਂਟਿੰਗ ਹਾਲੇ ਕਿ ਉਦੋਂ ਗਲਾਸ ਪੇਂਟਿੰਗ ਬਾਰੇ ਮੈਨੂੰ ਕੁਝ ਪਤਾ ਵੀ ਨਹੀਂ ਸੀਗਾ ਅੱਛਾ ਔਰ ਉਹ ਉਹ ਮੈਂ ਆਇਲ ਪੇਂਟਿੰਗ ਦੇ ਨਾਲ ਆਇਲ ਕਲਰਸ ਦੇ ਨਾਲ ਉਹ ਇੱਕ ਔਰ ਦਾ ਸ਼ਿਗਰ ਬਣਾਈ ਔਰ ਮੈਂ ਜਦ ਬਣਾ ਕੇ ਰੱਖੀ ਔਰ ਉਸ ਤੋਂ ਬਾਅਦ ਥੋੜੀ देर ਬਾਅਦ ਮੈਂ ਦੇਖਿਆ ਉਹਦੀ ਜਿਹੜੀ ਕੰਟੂਰਸ ਸੀਗੇ ਥੋੜੇ ਜਿ ਉਹ ਚੇਂਜ ਹੋਏ ਸੀਗੇ ਮੈਂ ਕਿ ਉਹ ਇਹ ਕੀ ਹੋ ਗਿਆ ਮੈਨੂੰ ਪਤਾ ਲੱਗ ਗਿਆ ਐਨੀ ਹੋ ਫਿਰ ਉਸ ਤੋਂ ਬਾਅਦ ਫਿਰ ਪਹਿਲੀ ਜਿਹੜੀ ਚਿੱਤਰ ਮੈਂ ਬਣਾਇਆ ਮੈਂ ਉਹ ਸਿੰਪਲ ਪੇਪਰ ਸੀ ਮੇਰੇ ਕੋਲ ਜਿਹੜਾ ਕਿ ਇਹ ਪੇਪਰ ਮੈਨੂੰ ਆਇਲ ਕਲਰ ਦਾ ਪਤਾ ਨਹੀਂ ਸੀਗਾ ਔਰ ਉਸ ਤੋਂ ਬਾਅਦ ਮੈਂ ਉਹ ਬਿਲਕੁਲ ਉਹ ਜਦੋਂ ਮੈਂ ਉਹ ਬਣਾਇਆ ਤਾਂ ਉਹਦੇ ਵਿੱਚ ਇੱਕ ਔਰ ਇੱਕ ਬਹੁਤ ਵੱਡਾ ਪੱਥਰ ਹੈ ਉਹਦੇ ਤੇ ਇੱਕ ਰਾਹੀ ਖੜਾ ਹੋਇਆ ਔਰ ਉਹ ਇੱਕ ਚਿਹਰਾ ਬਦਲਾਂ ਦੇ ਵਿੱਚ ਝੂੜਦਾ ਜਾਂਦਾ ਤੇ ਉਹ ਮੇਰਾ ਇਮੇਜਿਨੇਸ਼ਨ ਸੀਗਾ ਜੀ ਔਰ ਉਹ ਜਿਵੇਂ ਕਿ ਇੱਕ ਉਡਾਨ ਸੀਗੀ ਹਮ ਮੈਂ ਇੱਥੇ ਤੱਕ ਪਹੁੰਚਣਾ ਵਾਹ ਕੀ ਬਾਤ ਹੈ ਔਰ ਉਸ ਤੋਂ मैं बी ए जड़ी ओहो मैं ओहो बिफोर मैरिज लैन और जिस मेरे साथी नाल मेरी शादी होनी सी सिक्सटी थ्री मेरी शादी हुई है अच्छा जी आई वॉज नाइनटीन वाह और मैं बहुत क्लीयर सी कि, कि जिस जिस नाल मेरी शादी होनी है आई विल मीट हिम हालांकि ਉਦੋਂ ਤੱਕ ਪੋਸੀਬਲ ਨਹੀਂ ਸੀ ਕੋਈ ਲੜਕੀ ਹੌਸਲਾ ਕਰ ਸਕੇ ਕਿਸੇ ਮਰਦ ਨਾਲ ਗੱਲ ਕਰ ਸਕੇ ਮੈਂ ਉਹ ਉਦੋਂ ਵੀ ਮੇਰੇ ਉਹੀ ਸਾਥੀ ਸਨ ਜਿਹੜੇ ਪੇਂਟਿੰਗ ਕਰਦੇ ਸੀ ਜਾਂ ਪੇਂਟਿੰਗ ਨੂੰ ਪਸੰਦ ਕਰਦੇ ਸਨ ਔਰ ਮਤ ਤੁਹਾਨੂੰ ਕਿ ਉਹ ਇੱਕ ਤੇ ਮੇਰੀ ਇੰਗੇਜਮੈਂਟ ਕੀਤੀ ਗਈ ਉਹ ਸੀਕ੍ਰੈਟ ਸੀਗਾ ਲੇਕਿਨ ਆਈ ਡਿਸਾਈਡਿਡ ਕਿ ਮੈਂ ਮਿਲਣਾ ਐਂਡ ਹੀ ਵਾਸ ਆਲਸੋ ਕਿਊਰਿਅਸ ਟੂ ਸੀ ਮੀ एजुकेशन इज माय फर्स्ट लव और अगर जे बाकी ये दुनियादारी है हाँ जे अगर जे थो मंजूर है तो असं यू कैन गो टू कैदर लेकिन अदरवाइज मूमेंट ही

ਔਰ ਮੇਰੇ ਹਸਬੰਦ ਪੋਸਟੇਡ ਸੀ ਹੁਸ਼ਿਆਰਪੁਰ ਔਰ ਉਹ ਹੁਸ਼ਿਆਰਪੁਰ ਤੋਂ ਉਹਨਾਂ ਨੇ ਸਾਰੇ ਘਰ ਦਾ ਸਮਾਨ ਔਰ ਮੇਰੇ ਫਾਦਰ ਨਾਲ ਅਸੀਂ ਸਾਰੇ ਜਣੇ ਪੈਕ ਹੋ ਗਏ ਪਟਿਆਲਾ ਯੂਨੀਵਰਸਿਟੀ ਚ ਪਹਿਲੀ ਵਾਰੀ ਐਵੇਂ ਸ਼ੁਰੂ ਹੋਈ ਸੀ ਉਸ ਤੋਂ ਪਹਿਲੀ ਮੈਂ 5 ਸਾਲ ਸਦਾਰਸ਼ੋਬ ਸਿੰਘ ਰੌਣਲ ਕੰਮ ਕੀਤਾ ਪੋਰਟਰੇਟ ਕਾ ਦਾ ਕੰਮ ਕੀਤਾ ਔਰ ਪੋਰਟਰੇਟ ਵਿੱਚ ਇੰਨਾ ਕੋ ਅੱਠਾ ਮੇਰਾ ਹੱਥ ਸੀਗਾ ਕਿ ਉਹ ਕਹਿੰਦੇ ਬੀਬੀ ਜੀ ਹੁਣ ਮੈਂ ਤੁਹਾਨੂੰ ਇਸ ਲੈਵਲ ਦਾ ਸਮਝਦਾ ਕਿ ਜਿਹੜਾ ਵੀ ਅਸਾਈਨਮੈਂਟ ਆਏਗੀ ਤੁਸੀਂ ਕੰਮ ਕਰੋਗੇ ਔਰ ਅਸੀਂ ਮਿਲ ਕੇ ਉਹ ਅਸਾਈਨਮੈਂਟ ਲਵਾਵਾਂਗੇ ਜੀ ਮੈਂ ਖਿਆ ਠੀਕ ਹੈ ਮੈਂ ਬੜੀ ਖੁਸ਼ ਸੀਗੀ ਐਂਡ ਆਈ ਹੈਡ ਅ ਗ੍ਰੇਟ ਰਿਸਪੈਕਟ ਫॉर दैट ਮੈਨ ਵਾਹ ਬਹੁਤ ਔਰ ਔਰ ਇਹ ਨਹੀਂ ਹੈ ਕਿ ਹੀ ਵਾਸ ਅ ਫਾਦਰਲੀ ਫਿਗਰ ਔਰ ਬੜੇ ਸੁਪਨਿਆਂ ਵਿੱਚ ਜੀਣ ਵਾਲੇ ਆਦਮੀ ਸਨ ਜੀ ਤੇ ਸੁਜੀਤ ਮੈਮ ਅ ਕਿਉਂਕਿ ਤੁਸੀਂ ਆਪਣੀ ਸਾਰੀ ਲਾਈਫ ਸਟੋਰੀ ਸਾਰੀ ਸਾਨੂੰ ਦੱਸੀ ਕਿ ਕਿਸ ਤਰ੍ਹਾਂ ਦੇ ਨਾਲ ਸ਼ੁਰੂਆਤ ਹੋਈ ਆਪਣੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਫਿਰ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਦਾ ਲੇਕਿਨ ਮੈਂ ਜੋ ਇੱਕ ਸਵਾਲ ਮੇਰੇ ਦਿਲ ਦੇ ਵਿੱਚ ਹੈ ਕਿਤੇ ਰਹਿ ਨਾ ਜਾਵੇ ਕਿਉਂਕਿ ਸਾਡੇ ਕੋਲ ਸ਼ਾਇਦ ਉਨਾਕ ਸਮਾਂ ਹੀ ਨਾ ਹੋਵੇ ਕਦੀ ਕੀ ਤੁਹਾਡੀ ਇਹੋ ਜੀ ਪੇਂਟਿੰਗ ਵੀ ਤੁਸੀਂ ਬਣਾਈ ਹੈ ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਇੱਕ ਔਰਤ ਦੇ ਫਿਗਰ ਨੂੰ ਪ੍ਰੋਮਿਨੈਂਟਲੀ ਦਿਖਾਣਾ ਤੇ ਉਸ ਦੇ ਵਿੱਚ ਪਤਾ ਲੱਗਦਾ ਸੀ ਕਿਉਂਕਿ ਜਿਸ ਟਾਈਮ ਤੋਂ ਤੁਸੀਂ ਪੇਂਟਿੰਗ ਕਰਦੇ ਆ ਰਹੇ ਹੋ ਕਿ ਕਦੀ ਉਸ ਦੀ ਖਿਲਾਫਤ ਨਹੀਂ ਹੋਈ ਇਨਫਕਟਿਵ ਨਾ ਫਰਤ ਨਹੀਂ ਹੋਈ ਮੇਰੀ ਸੁਪ ਪੇਂਟਿੰਗ ਵੀ ਸੁਪਨਿਆਂ ਦੇ ਬੇਸ ਸੀ ਹੈ ਹਮ ਹਮ ਸਰੀਆਂ ਜੜੀਆਂ ਕੇ ਇਨਰ ਦੇ ਨਾਲ ਜੀ ਔਰ ਮੈਂ ਇਹ ਬਲੀਵ ਕਰਦੀ ਆਂ ਜਿਹੜੀ ਜਿਹੜੀ ਕ੍ਰिएशन ਦੇ ਵਿੱਚ ਜਿਹੜਾ ਤੁਹਾਡਾ ਇਨਰ ਜਾਂ ਤੁਹਾਡਾ ਅਲਾ ਦਵੜਾ ਜੋ ਤੁਸੀਂ ਝੋ ਰਹੇ ਹੋ ਉਹ ਨਹੀਂ ਰੂਪਮਾਨ ਹੁੰਦਾ ਤਾਂ ਇਹਦਾ ਮਤਲਬ ਇਹ ਕਿ ਉਹ ਤੁਸੀਂ ਇੱਕ ਕਾਪੀ ਵਰਕ ਕਰ ਰਹੇ ਹੋ ਜਾਂ ਇਲਸਟ੍ਰੇਸ਼ਨ ਕਰ ਰਹੇ ਹੋ ਜੀ ਮੈਂ ਪੇਂਟਿੰਗ ਦੇ ਵਿੱਚ ਇਲਸਟ੍ਰੇਸ਼ਨ ਵਿੱਚ ਫਰਕ ਦੱਸਦੀ ਆ ਕਿ ਪੇਂਟਿੰਗ ਜਿਹੜੀ ਹੈਗੀ ਐ ਉਹ ਉਹ ਜਿਹੜੀ ਤੁਹਾਨੂੰ ਕਿ ਸੋਚਣ ਵਾਸਤੇ ਕੁਝ ਦੇਖਣ ਵਾਸਤੇ ਵੰਗਾਰਦੀ ਹੈ ਜੀ ਕਹਿੰਦੀ ਆਓ ਦੇਖੋ ਮੈਨੂੰ ਸਮਝੋ ਔਰ ਅਗਲੇ ਤੋਂ ਅੱਗੇ ਅੱਗੇ ਇਸ ਤੋਂ ਜਾਣੋ ਜੀ ਔਰ ਜਿਹੜੀ ਕਿ ਇਲਸਟ੍ਰੇਸ਼ਨ ਉਹਦੇ ਵਿੱਚ ਹੁੰਦਾ ਹੈਗਾ ਵੀ ਠੀਕ ਹੈ ਇਹ 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 ਚੀਜ਼ ਹੈਪਨ ਹੋ ਗਈ ਪੇਂਟਿੰਗ ਦੇ ਵਿੱਚ ਇਹ ਗੱਲ ਨਹੀਂ ਹੁੰਦੀ ਜੀ ਬਿਲਕੁਲ ਬਚਨ ਮੈਮ ਤੁਸੀਂ ਅਸੀਂ 1 ਮਿੰਟ ਦੀ ਕੋਈ ਗੱਲ ਜਾਨਣਾ ਚਾਹੁੰਦੇ ਹਾਂ ਸਪੋਰਟਸ ਬਾਰੇ ਵਿੱਚ ਚਾਹਾਂਗੀ ਥੋੜਾ ਜਿਹਾ ਚਾਨਣਾ ਉਸ ਬਾਰੇ ਵੀ ਪਾ ਦਿਓ ਤੇ ਉਸ ਤੋਂ ਬਾਅਦ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਬਤਾਵਾਂਗੇ। ਅ ਮੈਂ ਜਿਹੜੇ ਦਫ਼ਤਰ ਚ ਕੰਮ ਕਰਦੀ ਹਾਂ ਕ੍ਰਿਸ਼ਿ ਭਵਨ ਚ ਜੀ ਉਹ ਉਹਨੇ 59 ਇੰਸਟੀਚਿਊਟ ਨੇ ਇੰਡੀਆ ਚ ਜਦੋਂ ਤੱਕ ਮੈਂ ਰਿਟਾਇਰ ਹੋਈ ਸੀ 59 ਨੇ ਹੁਣ ਮੈਂ ਰਿਟਾਇਰ ਹੋ ਚੁੱਕੀ ਹਾਂ 2000 ਉਹ uh -huh. 59 ਦੀਆਂ ਆਈਐਸਐਲ ਗੇਮਸ ਹੁੰਦੀਆਂ ਸੀ ਜੀ ਲੇਡੀਜ਼ ਮੈਂ ਫਸਟ ਟਾਈਮ ਉਹਦੇ ਚ ਪਾਗਲਿਆਣਾ ਸ਼ੁਰੂ ਕੀਤਾ ਸੀ ਕੋਈ ਲੇਡੀ ਆਂਦੀ ਨਹੀਂ ਸੀ ਫਿਰ ਮੇਰੇ ਦਫਤਰ ਚ ਆਣ ਲੱਗੀਆਂ ਪਰ ਜਿੰਨੀਆਂ ਗੇਮ ਸੀਗੀਆਂ ਫਸਟ ਟਾਈਮ ਇੰਟਰੋਡਿਊਸ ਹੋਈਆਂ ਲੇਡੀਜ਼ ਵਾਸਤੇ ਉਹਨਾਂ ਦਾ ਬਾਰੇ ਮੈਨੂੰ ਕਈਆਂ ਦਾ ਪਤਾ ਵੀ ਨਹੀਂ ਸੀ ਪਰ ਫਿਰ ਮੈਂ ਭਾਗ ਸਾਰਿਆਂ ਤੇ ਲੈ ਲਿਆ ਵਾਹ ਕੀ ਬਾਤ ਹੈ ਚਾਂਸ ਦੀ ਗੱਲ ਹੈ ਕਿ ਉਹਨਾਂ ਦੀ ਤਾਂ ਮੈਂ ਦੌਰਕ ਦੀ ਸੀ ਬਹੁਤ ਪਰ ਮੈਨੂੰ ਟੈਕਸ ਦਾ ਪਤਾ ਨਹੀਂ ਸੀਗਾ ਫਿਰ ਵੀ ਮੈਂ 100 ਮੀਟਰ ਦੀ ਗੇਮ 'ਚ ਫਸਟ ਟਾਈਮ 골ਡ ਮੈਡਲ ਜਿੱਤਿਆ ਸੀ ਵਾਹ ਐਪਰੀਸ਼ੀਏਟ ਬਹੁਤ ਖੂਬ ਤੇ ਉਸੇ ਉਸੇ ਟਾਈਮ ਤੇ ਮੈਂ ਪਹਿਲੀ ਵਾਰੀ ਬੈਡਮਿੰਟਨ ਚ ਲਿਆ ਸੀ ਤਾਂ ਉੱਥੇ ਮੈਨੂੰ ਸਿਲਵਰ ਮੈਡਲ ਮਿਲਿਆ ਵਾਹ ਵਾਹ ਤੇ ਉਦੋਂ ਉਦੋਂ ਤੋਂ ਲੈ ਕੇ 2000 ਤੱਕ 99 99 ਤੱਕ ਇਹ ਗੇਮਸ ਮੈਂ ਖੇਲਦੀ ਰਹੀ ਤੇ ਆਪਣੇ ਦਫ਼ਤਰ ਚ ਟੇਬਲ ਟੈਂਸ ਚ ਫਸਟ ਆਉਂਦੀ ਰਹੀ ਸੀ ਜੀ ਬਹੁਤ ਖੂਬ ਸੋ ਇਜ਼ ਦੀ ਨਾਲ ਹੀ ਅੱਜ ਤੁਹਾਨੂੰ ਅਸੀਂ ਰੂਬਰੂ ਕਰਾਇਆ ਉਹਨਾਂ ਔਰਤਾਂ ਦੇ ਨਾਲ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਬਹੁਤ ਕੁਝ ਝੇਲਿਆ ਬਹੁਤ ਕੁਝ ਵੇਖਿਆ ਲੇਕਿਨ ਉਹਨਾਂ ਨੇ ਕਦੀ ਆਪਣੇ ਸੁਪਨੇ ਵੇਖਣੇ ਬੰਦ ਨਹੀਂ ਕੀਤੇ ਤੇ ਅਖੀਰਕਾਰ ਉਹਨਾਂ ਨੇ ਆਪਣੇ ਸੁਪਨਿਆਂ ਦੀ ਉਡਾਨ ਪਰ ਹੀ ਲਈ ਸੋ ਹੁਣ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵਕਤ ਆ ਚੁੱਕਾ ਹੈ ਜਦੋਂ ਸਾਡੇ ਮੁੱਖ ਮਹਿਮਾਨ डॉक्टर सुषमा चावला जी मैं इस मंच के उत्ते बुलाव क्योंकि मैं चाहती हूँ कि वो भी दो बोल जरूर बोलन साडे आए हुए इन्होंने दर्शकों वास्ते इन साड़िया इन्होंने फीमेल्स वास्ते जोरदार तारिया के नाम स्वागत करते हाँ डॉक्टर सुषमा चावला सब तो पहले मैं शुक्रिया अदा करती हाँ दूरदर्शन का जिन्होंने इतनी अच्छी हस्तियाँ इतने बुलाया एंड आई रियली फील प्राउड ऑफ ऑल ऑफ यू और मेरा ख्याल है ਮੈਂ ਵੀ ਕੈਸਾ ਇਨਸਾਨਾ ਜਿਹੜਾ ਕਿ ਊਮਨ ਇmpਾਵਰਮੈਂਟ ਤੇ ਕੰਮ ਕਰ ਰਹੀ ਆ ਕਿਸੇ ਜ਼ਮਾਨੇ ਚ ਆਦਮੀ ਲੋਕਾਂ ਨੇ ਸੋਚਿਆ ਕਿ ਔਰਤਾਂ ਨੂੰ ਅਸੀਂ ਪਿੱਛੇ ਕਿਉਂ ਛੱਡੀਏ ਤੇ ਕੈਨੇਡਾ ਆਸਟ੍ਰੇਲੀਆ ਚ ਇੱਕ ਮੂਵਮੈਂਟ ਸ਼ੁਰੂ ਹੋਈ ਵਾਈਟ ਰਿਬਨ ਮੂਵਮੈਂਟ ਥਿਸ ਇਸ ਫਾਰ ਊਮਨ ਇmpਾਵਰਮੈਂਟ ਕਿ ਕੋਈ ਵੀ ਲੜਕੀ ਕਿਸੇ ਤੋਂ ਵੀ ਪਿੱਛੇ ਨਹੀਂ ਹੈ ਸਿਰਫ ਆਪਣੀ ਸੋਚ ਬਦਲਣੀ ਹੈ तु जो तो पैदा होंगे हो उदो ही सोचो कि तुम कि बनना चाहते हो और सामने एग्जाम्पल तुडे पेरेंट्स है बट जिन्होंने हालातों तुम उभरे हो आई थिंक आई मस्ट सैल्यूट यू है ना और मैं काम करते हुए देखा और मैं सोचती हाँ कि हर लड़की जो अपनी पावर है उसनों तो बाहर निकालना अपने ड्रीम ड्रीम्स करने हैं और उन उचाइय तक जाने और तुसी किसी तो काटनी है अपने आप किसी तो काटना समझो यू आर वेरी पावरफुल मच मोर पावरफुल दैन एनी मैन क्योंकि कई चीज़ा भगवान ने आदमी नहीं देती नो देती है मैन वॉड फुड नॉट बी एवरीवेयर भगवान हर जगह पर नहीं सी इस करके उसने औरत बताया wow. और yeah. मेरा ख्याल है कि वी आर ऑल वंडरफुल वी कैन डू वंडर लाइफ तुम अपने आप ना उचाइयों तक तो पहुँच सकते हो ए कि हालातों में निकले ए मैं तुम्हें बहुत बहुत मुबारक देवगी सैल्यूट करांगी एंड आई फील कि तुम इन्हों उ ऊंचाइयों तू भी बहुत उत्तर पहुँचो एंड आई विश यू ऑल द बेस्ट ਸੋ ਇਹ ਸਾਡੀ ਅੱਜ ਦੀ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਸੁਸ਼ਮਾ ਚਾਵਲਾ ਜੀ ਜਿਹੜੇ ਕਿ ਇੱਕ ਸੋਸ਼ਲ ਵਰਕਰ ਵੀ ਨੇ ਔਰ ਬਹੁਤ ਖੂਬ ਗੱਲਾਂ ਉਹਨਾਂ ਨੇ ਚੰਦ ਹੀ ਲਫ਼ਜ਼ਾਂ ਦੇ ਵਿੱਚ ਕਹਿ ਦਿੱਤੀਆਂ ਤੇ ਹੁਣ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਆਏ ਹੋਏ ਸਾਡੇ ਮਹਿਮਾਨ ਸਾਰੇ ਇਹ ਸਪੈਸ਼ਲ ਇਨਸਪੀਰੇਸ਼ਨਲ ਲੇਡੀਆਂ ਜਿਨ੍ਹਾਂ ਤੋਂ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਮੈਂ ਇਹੀ ਕਹਾਂਗੀ ਇਹ ਇਧਰ ਆਏ ਹੋਏ ਸਾਰੇ ਸਟੂਡੈਂਟਸ ਨੂੰ ਵੀ ਤੇ ਸਾਡੇ ਦਰਸ਼ਕਾਂ ਨੂੰ ਵੀ ਕਿ ਸਾਨੂੰ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਉਹ ਔਰਤਾਂ ਜੋ ਆਪਣੇ ਆਪ ਨੂੰ ਕਮਜ਼ੋਰ ਸਮਝਦੀਆਂ ਨੇ ਔਰਤ ਕਦੇ ਵੀ ਕਮਜ਼ੋਰ ਨਾ ਸੀ ਤੇ ਨਾ ਕਦੇ ਹੋ ਸਕਦੀ ਹੈ ਆਪਣੇ ਆਪ ਨੂੰ ਮਜ਼ਬੂਤ ਬਣਾਓ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਣੇ ਆਪ ਨੂੰ ਵੀਕ ਨਾ ਸਮਝੋ ਤੇ ਮੋਢੇ ਦੇ ਨਾਲ ਮੋਢਾ ਜੋੜ ਕੇ ਮਰਦ ਦੇ ਨਾਲ ਚੱਲੋ ਕਿਉਂਕਿ ਉਹ ਤੁਹਾਡੇ ਤੋਂ ਬਿਨਾ ਇਸ ਦੁਨੀਆ ਦੇ ਵਿੱਚ ਸ਼ਾਇਦ ਆ ਹੀ ਨਹੀਂ ਸਕਦਾ ਇੱਕ ਮਰਦ ਦਾ ਜਨਮ ਇੱਕ ਔਰਤ ਤੋਂ ਬਗੈਰ ਕਦੇ ਹੋਗੀ ਤੇ ਮੈਂ ਸੱਦਾ ਦੇਣਾ ਚਾਹਾਂਗੀ ਮੈਡਮ ਇੰਦੂ ਜੀ ਨੂੰ ਕਿ ਉਹ ਮੰਚ ਦੇ ਉੱਤੇ ਆਣ ਤੇ ਸਾਡੇ ਇਹਨਾਂ ਸਾਰੇ ਖਾਸ ਫੀਮੇਲਸ ਨੂੰ ਇਹਨਾਂ ਸਪੈਸ਼ਲ ਲੇਡੀਜ਼ ਨੂੰ ਕਿਉਂਕਿ ਮੈਡਮ ਇੰਦੂ ਵਰਮਾ ਆਪਣੇ ਆਪ ਦੇ ਵਿੱਚ ਇੱਕ ਇਹੋ ਜਿਹਾ ਮੁਕਾਮ ਹਾਸਲ ਕਰ ਚੁੱਕੇ ਨੇ ਡੀਡੀ ਪੰਜਾਬੀ ਦੇ ਵਿੱਚ ਹੈੱਡ ਆਫ ਪ੍ਰੋਗਰਾਮਿੰਗ ਤੇ ਉਹਨਾਂ ਦੇ ਵੱਲੋਂ ਦੋ ਬੋਲ ਵੀ ਜ਼ਰੂਰ ਹੋਣੇ ਚਾਹੀਦੇ ਨੇ ਤੇ ਫੈਲਿਸਿਟੇਸ਼ਨ ਦਾ ਸਮਾਂ ਵੀ ਹੋ ਚੁੱਕਾ ਹੈ ਇਹ ਕਾਰਜਕ੍ਰਮ ਜਦ ਹਮਨੇ ਸੋਚਿਆ ਥਾ ਬਣਾਉਣ ਲਈ ਸੁਪਨਿਆ ਦੀ ਉਡਾਨ तो उसमें उड़ान के साथ साथ कभी कभी सपने जो हैं पूरे नहीं होते तो वो सपनों को पूरा करने के लिए चाहे औरत हो चाहे मर्द हो जब संघर्ष की अग्नि से निकलता है तो वो कुंदन बन के निकलता है ये अपने आप में कुंदन है कुंदन सोने से भी ज़्यादा खूबसूरत होता है इतना दमकता है कि देखने वाले की आंखें चौंधियाँ आ जाती हैं तो आप लोगों को देख के आज मेरा मन भी भरा खुशी भी हुई और गर्व भी मैंने महसूस किया आप सबको बुला के मैं भी गौरवान्वित महसूस कर रही हूँ स्वयं को और दूरदर्शन जलंधर भी आप सबका आभारी रहेगा शुक्रिया कि आपने अपने आप को किस तरह से सबके सम्मुख इतने शालीन शब्दों में और जो कुछ आप नहीं भी कह पा रही मैं, मैं मंजीत जी को देख रही हूँ कि वो रो रही हैं मंजीत जी रोना जो है वो भाव बन के जो तो आंसू निकलते हैं तो मन हल्का होता है हम आप सबके साथ हैं कठिनाइयों के साथ हैं, हैं। सुषमा चावला जी डॉक्टर जो हैं ये सब जानते हैं इनको मैं बहुत साल से जानती हूँ इन्होंने बहुत सारी महिलाओं का साथ दिया और उन्हें जहाँ भी शरण की जरूरत थी शरण भी दी और बहुत काम किए आप कभी भी अपने आप को अकेला महसूस ना करें ये सारा समाज ये दूरदर्शन और यहाँ बैठे बच्चे आपके लिए हौसला हैं वो बच्चे आपके लिए हौसला हैं जिन्होंने आपके लिए आज मंजीत जी आंसू बहाए और वो जैसे बचित कौर जी हैं और मैडम पेंटर हैं ये सुरजीत जी इन सब ने जो जो अपनी कथा व्यथा सुनाई वो आप सब के लिए एक ऐसा एग्ज़ाम्पल है कि आप भी कई बार अगर कठिनाई के दौर से गुजरें तो इन महिलाओं को ज़रूर एक बार याद करिएगा कि ये बाहर कैसे आना है जब भी हम चक्रव्यूह में घुसते हैं ना अभी मनियों को तो शायद नहीं पता था चक्रव्यूह में से बाहर कैसे आया जाए पर आप सबको दुनिया के दाव पेच सिखा रहे हैं कि चक्रव्यूह से कैसे बाहर आया जाए तो ये एक दाव पेच हमने आपको सीखने के लिए मौका दिया इन महिलाओं के ज़रिए जो बहुत ही श्रेष्ठ हैं कि आप चक्रव्यूह से कैसे बाहर आ सकते हैं अपने आप को कैसे गढ़ सकते हैं अपने आप को कैसे सस्टेन कर सकते हैं और पुरुषों के इस जंगल में मंजीत जी ने जो कहा वो जंगल में जी रही थी और वो भी इंसानों के जंगल में हम अपने आप को कैसे संभालें कैसे अपनी असमत को बचाएं, इसके लिए बेहद ज़रूरी है कि हम अंदर से स्ट्रॉन्ग बने महिलाओं की जो कोमलता है और नाजुकता है उसको भी बरकरार रखनी है हमें साथ में इतना स्ट्रांग भी बनना है कि जब ज़रूरत पड़े तो हम वो काम भी कर लें जो महिलाओं के लिए नहीं बने और ऐसा कोई काम मैं नहीं सोचती कि महिलाओं के लिए बना ही नहीं बस सोच का फ़र्क है एक और महिला हैं जिनको हम यहाँ तो नहीं बुला पाए मैं उनका जिक्र ज़रूर करूँगी जो ट्रेन चलाती हैं वो ट्रेन ड्राइवर हैं उनका जिक्र भी यहाँ ज़रूरी है तो मंजीत कौर जी वचिंत कौर जी सुरजीत कौर जी वीना शर्मा जी आप सबका कार्य जो है बहुत शलाघा योग्य है मैं आप सब का स्टूडियो में आने के लिए धन्यवाद करती हूँ तथा जो बच्चियाँ मेरे सामने बैठी हैं मैं उनको ये आश्वासन देती हूँ कि अगर आज नहीं तो कल वो एक सितारे की तरह चमकेंगी तो वो मुझ तक अपनी चमकार जो है ज़रूर पहुँचाएँ ताकि हम उनको यहाँ ला सबके सामने बता सकें दिखा सकें कि महिलाएं और बच्चियां आज भी आगे बढ़ रही हैं पहले भी बढ़ती थीं ये जो यात्रा है ये आज शुरू नहीं हुई ये उस जमाने से शुरू हुई है जब लोपा मुद्रा घोषा गार्गी जैसी महिलाएं थीं जो विद्वानों के साथ बैठ के शास्त्रार्थ उस ज़माने में करती थीं जब महिलाओं को शिक्षा से बहुत दूर रखा जाता था जब उस वक्त रह के लोपा मुद्रा घोषा गार्गी जैसी महिलाएं पैदा हो सकती हैं रानी लक्ष्मीबाई पैदा हो सकती है तो मनजीत कौर का पैदा होना बचंत कौर जी का पैदा होना सुरजीत कौर जी का पैदा होना कोई आश्चर्य की बात नहीं है ये वो मोती हैं जो सीप में बंद थे आज इनके प्रकाश आप भी महसूस करें और फिर मैं इनके लिए दो पंक्तियों के साथ कहूँगी मैं तो सीप थी मैं तो सीप थी होशियारी उस स्वाति की बूंद की है जो मुझ में आन पड़ी और मैं मोती बन गई शुक्रिया ये जो मेरी बगल में खूबसूरत सी महिला खड़ी हैं अंशु जी इनका नाम अंशु सहनी है हम इन्हें प्यार से प्रीतो बुलाते हैं तो ये भी उड़ान की उसी एक उड़ान का एक पक्षी है बाज है जिसने आकाश की गहराइयों को नापने का हौसला किया है और उस फिल्म इंडस्ट्री में अपनी जगह बनाई और आज ये हमारे समक्ष खड़ी हैं जो ना केवल शब्द शब्दों की खूबसूरती बिखेरती हैं पर इनके वाक्य की इनके भीतर की और बाहर की खूबसूरती हम सबको बहुत ही प्रेरणा का स्रोत बनती है अंशु जी बहुत बहुत मुबारक शुक्रिया मैम ने आ, मेरे वास्ते इंदू मैम ने जो शब्द कहे ने ये मेरे वास्ते एक आशीर्वाद ने क्योंकि जो मैं उन्होंने सुन रही थी तो मैं वेख रही थी कि इन्नी सरलता दे नाल और इन्ने सोने शब्द यहाँ दी रूह सोनी है ता करके इन्ने खूबसूरत शब्द इन्ह ने कहे ने सूँ सीख दी है मैं चाहती हूँ कि एक बार मैम वास्ते जोरदार तालियां हो जाएँ ਮੈਮ ਮੇਰੇ ਨਾਲ ਮੰਚ ਦੇ ਉੱਤੇ ਨੇ ਇਧਰ ਤੇ ਮੈਂ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ ਡਾਕਟਰ ਸਾਹਿਬ ਪਲੀਜ਼ ਮੰਚ ਤੇ ਆਓ ਡਾਕਟਰ ਸੁਸ਼ਮਾ ਚਾਵਲਾ ਜੀ ਕਿਉਂਕਿ ਅਸੀਂ ਫੈਲੀਸੀਟੇਸ਼ਨ ਕਰਾਂਗੇ ਆਪਣੇ ਆਏ ਹੋਏ ਸਾਰੇ ਮਹਿਮਾਨਾਂ ਦੀ ਤੁਹਾਨੂੰ ਸ਼ੁਕਰੀਆ ਡਾਕਟਰ ਸੁਸ਼ਮਾ ਚਾਵਲਾ ਜੀ ਦਾ ਮੈਡਮ ਇੰਦੂ ਵਰਮਾ ਜੀ ਦਾ ਤੇ ਸਾਡੇ तमाम ਮੁੱਅਜ਼ਜ਼ ਮਹਿਮਾਨਾਂ ਦਾ ਤੇ ਜਾਂਦੇ ਜਾਂਦੇ ਇਸ ਪ੍ਰੋਗਰਾਮ ਸੁਪਨਿਆਂ ਦੀ ਉਡਾਨ ਦੇ ਵਿੱਚ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗੀ ਕਿ ਜ਼ਿੰਦਗੀ ਦੀ ਅਸਲੀ ਉਡਾਨ ਹਜੇ ਬਾਕੀ ਹੈ ਮੰਜ਼ਿਲ ਦੇ ਕਈ ਇਮਤਿਹਾਨ ਹਜੇ ਬਾਕੀ ਹੈ ਹੁਣੇ ਤੇ ਨਾਪੀ ਹੈ ਮੁਠੀ ਪਰ ਜ਼ਮੀਨ ਹੁਣੇ ਤੇ ਸਾਰਾ ਆਸਮਾਨ ਬਾਕੀ ਹੈ